ਕਾਟਨ ਦੇ ਵਿੱਚ ਲੇਡੀਜ਼ ਪਜਾਮੇ ਆ ਗਏ ਜੀ 70 ਰੁਪਏ ਚ ਟੀ ਸ਼ਰਟਸ ਕਾਟਨ ਲਓ ਜੀ 200 ਵਾਲੀ ਸਿਰਫ ਹੁਣ ਮਿਲੂਗੀ ਜੀ ਤੁਸੀਂ ਬ੍ਰਾਂਡ ਚੈੱਕ ਕਰ ਸਕਦੇ ਹੋ ਜੀ ਲਓ ਜੀ ਕਲਰ ਆਪਸ਼ਨ ਬਹੁਤ ਮਿਲ ਜਾਣਗੇ ਜੀ ਤੁਹਾਨੂੰ ਤੇ ਭਰਾਵਾਂ ਵਾਸਤੇ ਕੋਰ ਸੈਟ ਆ ਗਏ ਗੋ ਵਾਓ ਡਿਜ਼ਾਈਨ ਦੇਖੋ ਬੈਕ ਸਾਈਡ ਲੈ ਜਾਓ ਦੋਨੋਂ ਸਾਈਡ ਤੇ ਲੈ ਜਾਓ ਰੁਪਏ ਚ ਸਟਾਰਟਿੰਗ ਸਾਈਜ਼ ਦੇਖੋ ਜੀ ਵਾਓ 4XL 5 ਬੈਕ ਸਾਈਡ ਦੇਖੋ ਜੀ ਫਰੰਟ ਦੇਖੀ 100 ਰੁਪਏ ਦੇ ਵਿੱਚ ਕੁੜੀਆਂ ਵਾਸਤੇ ਲੌਂਗ ਡਰੈਸ ਵੀ ਤੁਹਾਨੂੰ ਮਿਲ ਜੂਗੀ ਜੀ 250 ਰੁਪਇਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡੇ ਚੈਨਲ ਹਰੀ ਸਿੰਘ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਦਾ ਹੱਸਦੇ ਰਹੋ ਸਦਾ ਵੱਸਦੇ ਰਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸੋ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਹਾਂ ਜੀ ਗਰਮੀਆਂ ਦੇ ਕੱਪੜਿਆਂ ਦੀ ਵੀਡੀਓ ਲੇਡੀਜ਼ ਕੱਪੜੇ ਜੈਂਟਸ ਕੱਪੜੇ ਬੱਚਿਆਂ ਦੇ ਕੱਪੜੇ ਸਾਰੀ ਵਰਾਇਟੀ ਦਿਖਾਵਾਂਗੇ ਅਤੇ ਤੁਹਾਨੂੰ ਮੈਂ ਦੱਸ ਦੇਵਾਂ ਮੈਂ ਅੱਜ ਪਹੁੰਚ ਚੁੱਕਾ ਜੀ ਜੋਤੀ ਚੌਂਕ ਜਲੰਧਰ ਪਹੁੰਚ ਚੁੱਕਾ ਜੀ ਜਿੱਥੇ ਡੇਲੀ ਮਾਰਕੀਟ ਲੱਗਦੀ ਹੈ ਜੀ ਕੱਪੜਿਆਂ ਦੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਜੇਲ੍ਹ ਰੋਡ ਆ ਜਿਹੜਾ ਹੈਗਾ ਜੀ ਰੋਡ ਇਹ ਹੈਗਾ ਜੇਲ੍ਹ ਰੋਡ ਇੱਧਰ ਨੂੰ ਸਿੱਧਾ ਜੋਤੀ ਚੌਂਕ ਪੈਂਦਾ ਜੀ ਅਤੇ ਮੈਂ ਤੁਹਾਨੂੰ ਦੱਸ ਦੇਵਾਂ ਪ੍ਰੋਪਰ ਐਡਰੈਸ ਸਾਰਾ ਕੁਛ ਵੀਡੀਓ 'ਤੇ ਮੈਂ ਤੁਹਾਨੂੰ ਦੱਸੀ ਜਾਊਂਗਾ ਜੀ ਮੇਰੇ ਪਿੱਛੇ ਸ਼ਾਪਸ ਲੱਗੀਆਂ ਹੋਈਆਂ ਜਿਹੜੀਆਂ ਡੇਲੀ ਲੱਗਦੀਆਂ ਜੀ ਤੁਸੀਂ ਚਾਹੇ ਐਤਵਾਰ ਆਓ ਚਾਹੇ ਸੋਮਵਾਰ ਆਓ ਮੰਗਲਵਾਰ ਜਦੋਂ ਮਰਜ਼ੀ ਤੁਸੀਂ ਇੱਥੇ ਆਣ ਕੇ ਆਪਣੇ ਬੱਚਿਆਂ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਆਣ ਕੇ ਸ਼ੋਪਿੰਗ ਕਰ ਸਕਦੇ ਹੋ ਜੀ ਸੋ ਹੁਣ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਦਿਖਾਉਂਦੇ ਹਾਂ ਤੁਹਾਨੂੰ ਡਾਇਰੈਕਟ ਵਰਾਇਟੀ ਸਟਾਰਟਿੰਗ ਦੇ ਵਿੱਚ ਆ ਦੇਖੋ ਜੀ ਕੈਪਰੀਆਂ ਆ ਗਈਆਂ ਬੱਚਿਆਂ ਦੇ ਕੱਪੜੇ ਆ ਗਏ ਲੇਡੀਜ਼ ਨਾਈਟ ਸੂਟ ਆ ਗਏ ਟਾਵਲ ਆ ਗਏ ਜੀ ਆ ਦੇਖੋ ਜੀ ਲੇਡੀਜ਼ ਪਜਾਮੇ ਆ ਗਏ ਜੀ ਕਾਟਨ ਦੇ ਵਿੱਚ ਲੇਡੀਜ਼ ਪਜਾਮੇ ਆ ਗਏ ਜੀ ਗਰਮੀਆਂ ਦੇ ਵਿੱਚ ਪਾਉਣ ਨੂੰ ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ ਭਾਅ ਜੀ ਕੀ ਰੇਟ ਤੋਂ ਸ਼ੁਰੂ ਆ ਜੀ 50 ਰੁਪਈਏ ਜੀ ਲਓ ਜੀ ਆ ਦੇਖੋ ਜੀ ਧਮਾਕਾ ਹੋ ਗਿਆ ਜੀ ਪਹਿਲੇ 50 ਰੁਪਏ ਦੇ ਵਿੱਚ ਲੇਡੀਜ਼ ਪਜਾਮੇ ਆ ਗਏ ਜੀ ਕਾਟਨ ਦੇ ਅਤੇ ਨਾਲ ਹੀ ਤੁਹਾਨੂੰ ਨਿੱਕਰਾਂ ਮਿਲ ਜਾਣਗੀਆਂ ਭਾਅ ਜੀ ਨਿੱਕਰਾਂ ਜੀ 50 ਰੁਪਈਏ ਜੀ ਨਿੱਕਰ ਵੀ ਤੁਹਾਨੂੰ ਮਿਲ ਜੂਗੀ ਜੀ 50 ਰੁਪਏ 50 ਰੁਪਏ ਦੇ ਵਿੱਚ ਨਿੱਕਰ ਉਸ ਤੋਂ ਅੱਗੇ ਆ ਗਿਆ ਜੀ ਹੋਰ 70 ਰੁਪਏ ਜੀ ਲਓ ਜੀ ਆਹ ਦੇਖੋ ਜੀ ਆਹ ਵਾਲੀਆਂ ਤੁਹਾਨੂੰ ਮਿਲ ਜਾਣਗੀਆਂ ਜੀ ਡਰਾਈ ਫਿੱਟ ਕੱਪੜੇ ਦੇ ਵਿੱਚ ਕੈਪਰੀਆਂ ਜੀ ਇਹਨਾਂ ਦਾ ਰੇਟ ਤੁਹਾਨੂੰ ਲੱਗੂਗਾ ਜੀ ਮੁੰਡਿਆਂ ਵਾਸਤੇ ਕੈਪਰੀਆਂ ਜੀ 70 ਰੁਪਏ ਜੀ 70 ਰੁਪਏ ਇੱਧਰ ਆ ਗਏ ਜੀ ਕਾਟਨ ਦੀਆਂ ਆਹ ਦੇਖੋ ਜੀ ਕਾਟਨ ਦੀਆਂ ਕੈਪਰੀਆਂ ਵਿਦ ਪੋਕਿਟ ਇਹਨਾਂ ਦਾ ਰੇਟ ਤੁਹਾਨੂੰ ਲੱਗੂਗਾ ਜੀ 70 ਰੁਪਏ ਕਲਰ ਆਪਸ਼ਨ ਤੁਸੀਂ ਵੇਖੋ ਜੀ ਇਹਨਾਂ ਦਾ ਰੇਟ ਤੁਹਾਨੂੰ ਲੱਗੂਗਾ ਜੀ 70 ਰੁਪਏ ਪਜਾਮਾ ਮਿਲ ਜੂਗਾ ਤੁਹਾਨੂੰ ਜੀ 120 ਰੁਪਏ ਦੇ ਵਿੱਚ ਅਲੱਗ ਅਲੱਗ ਸਾਈਜ਼ ਅਲੱਗ ਅਲੱਗ ਕਲਰ ਮਿਲ ਜਾਣਗੇ ਜੀ ਭਾਅ ਜੀ ਬੱਚਿਆਂ ਦੀ ਡਰੈਸ ਦੱਸੋ ਜੀ ਪੂਰਾ ਸੂਟ ਕਿੰਨੇ ਦਾ ਜੀ ਸੂਟ 50 ਰੁਪਏ ਦਾ ਜੀ ਪੂਰਾ ਸੂਟ 50 ਰੁਪਏ ਦਾ ਭਾਅ ਜੀ ਲਓ ਜੀ ਆ ਦੇਖੋ ਜੀ ਨਿੱਕਰ ਨਾਲ ਸੈਂਡੋ ਰੇਟ ਤੁਹਾਨੂੰ ਲੱਗੂਗਾ ਜੀ 50 ਰੁਪਏ ਦਾ ਇੱਕ 100 ਦੇ 2 ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ ਕਲਰ ਮਿਲ ਜਾਣਗੇ ਜੀ ਜਰਾਬਾਂ ਭਾਅ ਜੀ ਉਹਨਾਂ ਕੋਲ ਮਿਲ ਜਾਣਗੀਆਂ ਜੀ ਭਾਅ ਜੀ ਜਰਾਬਾਂ ਦਾ ਰੇਟ ਜੀ ਜਰਾਬਾਂ ਮਿਲਣਗੀਆਂ ਜੀ 100 ਦੀਆਂ 6 ਪੀਸ 100 ਦੇ 6 ਪੀਸ ਮਤਲਬ 3 ਜੋੜੇ ਜੀ 50 ਰੁਪਏ ਦੇ 3 ਜੋੜੇ 50 ਰੁਪਏ ਦੇ 3 ਜੋੜੇ 100 ਦੇ 6 ਜੋੜੇ ਜਰਾਬਾਂ ਦੇ ਤੁਹਾਨੂੰ ਮਿਲ ਜਾਣਗੇ ਹੋਰ ਵੀ ਕਾਫੀ ਵੈਰਾਈਟੀ ਭਾਅ ਜਾਨਾਂ ਕੋਲ ਮਿਲ ਜੇਗੀ ਆ ਦੇਖੋ ਜੀ ਬੱਚਿਆਂ ਦਾ ਪਜਾਮਾ 100 ਰੁਪਏ ਦਾ ਬੱਚਿਆਂ ਦਾ ਪਜਾਮਾ 100 ਰੁਪਏ ਦੇ ਜੀ ਠੀਕ ਆ ਜੀ ਭਾਈ ਟੀ ਸ਼ਰਟਸ ਵੀ ਰੱਖੀਆਂ ਹੋਈਆਂ ਜੀ ਹਾਂਜੀ ਹਾਂਜੀ ਇਹਨਾਂ ਦਾ ਰੇਟ ਜੀ 70 ਰੁਪਏ ਜੀ ਹਾਂ 70 ਰੁਪਏ ਜੀ ਟੀ ਸ਼ਰਟ ਜੀ ਦੇਖੋ ਜੀ 70 ਰੁਪਏ ਚ ਟੀ ਸ਼ਰਟਸ ਕਾਟਨ ਦੇ ਵਿੱਚ ਮਿਲ ਰਹੀ ਆ ਜੀ ਭਾਅ ਜੀ ਉਹਨਾਂ ਦੀ ਪਹਿਚਾਣ ਕਰ ਲਓ ਜੀ ਹਰ ਰੋਜ਼ ਇੱਥੇ ਹੁੰਦੇ ਆ ਜੀ ਭਾਅ ਜੀ ਲਾਗੇ ਥਾਣਾ ਹੈਗਾ ਆਪਣੇ ਨੰਬਰ 4 ਡੇਜ ਹੋਟਲ ਦੇ ਸਾਹਮਣੇ ਜੀ ਹਾਂਜੀ ਡਿਵੀਜ਼ਨ ਨੰਬਰ 4 ਥਾਣਾ ਨੰਬਰ 4 ਆ ਦੇਖੋ ਜੀ ਭਾਈ ਨਾਈਟ ਸੂਟ ਜੀ ਦਿਖਾ ਦਿਓ ਜੀ ਵੀ ਉੱਪਰ ਟੀ ਸ਼ਰਟ ਹੈਗੀ ਆ ਜੀ ਥੱਲੇ ਨਾਲ ਤੁਹਾਨੂੰ ਪਜਾਮਾ ਮਿਲੂਗਾ ਜੀ ਭਾਈ ਕੱਪੜਾ ਕਿਹੜਾ ਜੀ ਇਹ ਮਲਾਈ ਕੱਪੜਾ ਆਂਦਾ ਜੀ ਮਲਾਈ ਕੱਪੜਾ ਜੀ ਡਰਾਈ ਫਿਟ ਲੇਡੀਜ਼ ਨਾਈਟ ਸੂਟ ਰੇਟ ਜੀ ਇਹਦਾ 120 ਰੁਪਏ ਜੀ 120 ਰੁਪਏ ਸਿਰਫ ਰੰਗ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ ਜੀ ਕਾਫੀ ਵੈਰਾਈਟੀ ਹੈਗੀ ਜੀ ਭਾਜੀ ਉਹਨਾਂ ਕੋਲੋਂ ਇੱਥੋਂ ਆਣ ਕੇ ਬੈਗ ਵੀ ਲੈ ਕੇ ਜਾ ਸਕਦੇ ਹੋ ਕਿੱਟਾਂ ਵੀ ਲੈ ਕੇ ਜਾ ਸਕਦੇ ਹੋ ਤੁਸੀਂ ਕੱਪੜੇ ਵੀ ਲੈ ਕੇ ਜਾ ਸਕਦੇ ਬੱਚਿਆਂ ਦੇ ਆਹ ਦੇਖੋ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ PPR ਭਾਈ PPR ਗਰੁੱਪ ਨਾ ਸਾਹਮਣੇ ਹਾਂਜੀ ਹਾਂਜੀ ਡੇਜ਼ ਹੋਟਲ ਜੀ ਡੇਜ਼ ਹੋਟਲ PPR ਗਰੁੱਪ ਦੇ ਬਿਲਕੁਲ ਆਪੋਜ਼ਿਟ ਭਾਜੀ ਉਹਨਾਂ ਦੀ ਸ਼ੋਪ ਹੈਗੀ ਹੈ ਜੀ ਡੇਲੀ ਤੁਸੀਂ ਇੱਥੋਂ ਆਣ ਕੇ ਸ਼ੋਪਿੰਗ ਕਰ ਸਕਦੇ ਹੋ ਜੀ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਅਗਲੀ ਸ਼ੋਪ ਤੇ ਪਹੁੰਚ ਚੁੱਕੇ ਹਾਂ ਜੀ ਕੋਰ ਸੈਟ ਆ ਦੇਖੋ ਜੀ ਬਾਹਰ ਹੀ ਲੱਗੇ ਹੋਏ ਜੀ ਕੋਰ ਸੈਟ ਆ ਗਏ ਜੀ ਮੁੰਡਿਆਂ ਵਾਸਤੇ ਨਿੱਕਰ ਉੱਪਰ ਸ਼ਰਟ ਦੇਖੋ ਜੀ ਕੋਰ ਸੈਟ ਦੇ ਰੰਗ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ ਸ਼ਰਟਸ ਆ ਗਈਆਂ ਜੀ ਨਵੀਆਂ ਨਵੀਆਂ ਵਰਾਇਟੀਆਂ
ਕੈਪਰੀਆਂ ਆ ਗਈਆਂ ਮੁੰਡਿਆਂ ਵਾਸਤੇ ਇੱਧਰ ਜੀ, ਆਹ ਦੇਖੋ ਜੀ ਕੈਪਰੀਆਂ ਹੀ ਕੈਪਰੀਆਂ, ਪਜਾਮੇ ਹੀ ਪਜਾਮੇ। ਇੱਧਰ ਤੁਹਾਨੂੰ ਟੀ ਸ਼ਰਟਸ ਮਿਲ ਜਾਣਗੀਆਂ, ਹੋਰ ਵੀ ਆਹ ਦੇਖੋ ਜੀ ਟੀ ਸ਼ਰਟਸ। ਭਾਜੀ ਕੀ ਰੇਟ ਤੋਂ ਸ਼ੁਰੂ ਹੋ ਰਹੀਆਂ ਜੀ? ਭਾਜੀ ਹੁਣੀ ਆ ਗਏ ਜੀ, ਭਾਜੀ ਹੁਣੀ ਚਾਹ ਪੀ ਰਹੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਠੀਕ ਠਾਕ ਜੀ? ਬਹੁਤ ਵਧੀਆ ਜੀ। ਛਕ ਲਓ ਚਾਹ, ਛਕ ਲਓ ਪਹਿਲੇ ਦੀ। ਲਓ ਜੀ ਭਾਜੀ ਹੋਰਾਂ ਨੇ ਚਾਹ ਛਕ ਲਈ ਹੈ ਜੀ। ਸਭ ਤੋਂ ਪਹਿਲਾਂ ਕੀ ਦਿਖਾਓਗੇ ਜੀ ਸਾਨੂੰ? ਟੀ ਸ਼ਰਟ ਜੀ 100 ਰੁਪਏ ਦੀ। 100 ਰੁਪਏ 'ਚ ਟੀ ਸ਼ਰਟ ਲਓ ਜੀ। ਟੀ ਸ਼ਰਟ 100 ਰੁਪਏ ਕੋਟਨ ਦੀ, ਕੋਟਨ ਦੀ ਟੀ ਸ਼ਰਟ ਆ ਗਈ ਮੁੰਡਿਆਂ ਵਾਸਤੇ, ਸਿਰਫ 100 ਰੁਪਏ 'ਚ ਸ਼ੁਰੂ ਹੋ ਰਹੀ ਹੈ ਟੀ ਸ਼ਰਟ। 100 ਰੁਪਏ ਦੀ ਟੀ ਸ਼ਰਟ ਲਓ ਜੀ। ਕਲਰ ਆਪਸ਼ਨ ਦੇਖੋ ਜੀ, ਰੇਟ ਤੁਹਾਨੂੰ ਲੱਗੂਗਾ ਜੀ 100 ਰੁਪਇਆ ਜੀ। 100 ਰੁਪਇਆ ਢੇਰ ਲੱਗਾ ਪਿਆ ਜੀ, ਸ਼ਾਂਟੀ ਕਰਕੇ ਲੈ ਕੇ ਜਾ ਸਕਦੇ ਹੋ ਜੀ। ਮਲਹੋਤਰਾ ਗਾਰਮੈਂਟਸ ਜੀ, ਹਾਂਜੀ ਲਓ ਜੀ 100 ਰੁਪਇਆ ਜੀ। ਹਾਂਜੀ ਲਓ ਜੀ, ਇਸ ਤੋਂ ਹੋਰ ਸਸਤੀ ਤੁਹਾਨੂੰ ਦਿਖਾਉਂਗਾ। ਦਿਖਾ ਦਿਓ ਜੀ ਭਾਈ, ਉਹ ਵੀ ਦਿਖਾ ਦਿਓ, ਇਸ ਤੋਂ ਸਸਤੀ ਵਾਲੀ ਜੀ। ਆਪਾਂ ਦੀ 100 ਰੁਪਇਆ ਲਾਸਟ ਹੁਣ, ਇਸ ਤੋਂ ਵੀ ਸਸਤੀ ਆ ਗਈ ਹੈ ਜੀ। 75 ਰੁਪਏ ਦੀ ਟੀ ਸ਼ਰਟ। 75 ਰੁਪਏ ਭਾਈ ਸਿਰਫ? 75 ਰੁਪਏ। ਕਿਆ ਬਾਤ ਹੈ ਭਾਈ, 75 ਰੁਪਏ ਜੀ 75 ਰੁਪਏ ਟੀ ਸ਼ਰਟ। ਹੋਲਸੇਲ ਦੇ ਰੇਟ, ਹੋਲਸੇਲ ਦੇ ਰੇਟਾਂ ਦੇ ਟੀ ਸ਼ਰਟਾਂ ਲਓ ਜੀ। ਵਾਹ ਜੀ ਵਾਹ, 75 ਰੁਪਏ ਜੀ, 75 ਰੁਪਏ, 75 ਰੁਪਏ, 100 ਰੁਪਏ ਜੀ। ਸ਼ਾਂਟੀ ਕਰਕੇ ਤੁਸੀਂ ਲੈ ਕੇ ਜਾ ਸਕਦੇ। ਦੇਖੋ ਜੀ ਕਸਟਮਰ ਸ਼ਾਂਟੀ ਕਰਦੇ ਪਏ ਇੱਧਰ, ਆ ਦੇਖੋ ਜੀ ਹੋਰ ਵੀ 75 ਰੁਪਏ ਭਾਅ ਜੀ। ਨਾਲ ਹੀ ਸਾਨੂੰ ਸ਼ਰਟਸ ਦਿਖਾ ਦਿਓ ਜੀ, ਸ਼ਰਟਸ ਦੀ ਵਰਾਇਟੀ ਤੁਸੀਂ ਦੇਖੋ ਜੀ ਇੱਧਰ, ਸ਼ਰਟਸ ਦੀ ਵਰਾਇਟੀ ਤੁਹਾਨੂੰ ਮਿਲ ਜੂਗੀ ਜੀ। ਫੁੱਲ ਸਲੀਵ ਹੋ ਗਈ ਜੀ, ਤੁਹਾਨੂੰ ਦੱਸ ਦਈਏ ਪਹਿਲੇ ਰੇਟ ਸ਼ਰਟ ਦੇ ਘੱਟ ਗਏ ਆ ਜੀ। ਪਹਿਲੇ ਸ਼ਰਟ 200 ਦੀ ਸੀਗੀ, ਹੁਣ ਹੋ ਗਈ 150 ਰੁਪਏ। 150 ਰੁਪਏ ਜੀ, 50 ਰੁਪਏ ਘੱਟ ਗਏ। ਲਓ ਜੀ 200 ਵਾਲੀ ਸਿਰਫ ਹੁਣ ਮਿਲੂਗੀ 150, 150 ਰੁਪਏ ਦੇ ਵਿੱਚ, 150 ਰੁਪਏ ਦੀ। ਨਵੇਂ ਨਵੇਂ ਪ੍ਰਿੰਟ, ਨਵੇਂ ਨਵੇਂ ਡਿਜ਼ਾਈਨ, ਹਾਂਜੀ ਚਾਹੇ ਲੋ ਪਲੇਨ ਚਾਹੇ ਲੋ ਡਿਜ਼ਾਈਨਦਾਰ। ਲਓ ਜੀ ਪਲੇਨ ਵੀ ਲੈ ਜਾਓ ਜੀ 150 ਰੁਪਏ ਦੇ ਵਿੱਚ ਸਿਰਫ। ਕਿਆ ਬਾਤ ਹੈ, 150 150, ਜਿਹੜੀ ਮਰਜ਼ੀ ਛਾਂਟੀ ਕਰਕੇ ਲੈ ਜਾਓ ਜੀ। 150 150 150, ਚੱਕੋ ਜੀ 150। ਭਾਈ ਇੱਧਰ ਵਾਲੀ ਟੀ-ਸ਼ਰਟਸ ਨਾਲ ਹੀ ਦੇਖ ਦੋ, ਦਿਖਾ ਦਿਓ ਜੀ। ਲੋ 150 ਰੁਪਏ ਟੀ-ਸ਼ਰਟ ਜੀ। ਲਓ ਜੀ ਟੀ-ਸ਼ਰਟ ਵੀ 150 ਰੁਪਏ ਦੀ, ਟੀ-ਸ਼ਰਟ ਵੀ ਤਹੀ 150 ਰੁਪਏ, ਕਾਲਰ ਵਾਲੀ ਨਾਲ ਜਿੱਪਰ। ਰੇਟ ਤੁਹਾਨੂੰ ਲੱਗੂਗਾ ਜੀ 150 ਰੁਪਇਆ। ਸਾਈਜ਼ ਤੁਹਾਨੂੰ ਮਿਲ ਜਾਣਗੇ ਚ ਵੱਖਰੇ ਵੱਖਰੇ, ਐਲ ਐਕਸਲ ਡਬਲ ਐਕਸਲ ਜਿਹੜੇ ਮਰਜ਼ੀ ਲੋ 150। ਠੀਕ ਹੈ ਭਾਈ, ਡੇਲੀ ਸ਼ਾਪ ਓਪਨ ਆ ਨਾ ਜੀ? ਡੇਲੀ ਓਪਨ ਜੀ, ਕੋਈ ਛੁੱਟੀ ਨਹੀਂ ਜਦੋਂ ਮਰਜ਼ੀ। ਓਕੇ ਓਕੇ ਭਾਈ, ਹੋਰ ਵੈਰਾਈਟੀ ਆਪਣੇ ਕੋਲ, ਪਜਾਮੇ ਵੀ ਹੈਗੀ ਹੈ ਜੀ ਨਾਲ। ਹਾਂਜੀ ਪਜਾਮੇ ਵੀ ਦਿਖਾ ਦਿਓ ਜੀ ਸਾਨੂੰ। ਆ ਲਓ ਜੀ, ਵਾਈਟ ਕਲਰ, ਬਲੈਕ ਕਲਰ ਪਜਾਮਾ 150 ਰੁਪਏ ਦਾ। 150 ਰੁਪਇਆ ਜੀ, ਪੂਰਾ ਪੰਜਾਬ ਘੁੰਮਲੋ 150 ਦਾ ਵਾਈਟ ਪਜਾਮਾ ਨਹੀਂ ਮਿਲ ਸਕਦਾ। ਸਹੀ ਗੱਲ ਹੈ ਜੀ, ਉਹ ਆ ਜਾ 150 ਰੁਪਇਆ। ਸਾਰੇ 150 ਵਾਲੇ ਭਾਜੀ ਲੱਗੇ ਹੋਏ, ਸਾਰੇ ਪਜਾਮੇ 150 ਵਾਲੇ ਲੱਗੇ ਹੋਏ ਆ ਜੀ। ਭਾਈ ਆਪਣੇ ਕੋਲ ਇੱਧਰ ਹੋਰ ਹੋਰ ਵਰਾਇਟੀ ਹੈਗੀ 200 ਰੁਪਏ ਦਾ ਜੀ। ਲਓ ਜੀ 150 ਤੋਂ ਪਲੱਸ ਉੱਪਰ 200 ਰੁਪਏ ਦੇ ਵਿੱਚ ਪਜਾਮੇ, ਜਿੱਦਾਂ ਦਾ ਤੁਹਾਡਾ ਬਜਟ ਹੈਗਾ ਜੀ, ਆਣ ਕੇ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਜੀ। 4 ਪੋਕਿਟ ਪਜਾਮੇ, ਰੇਟ ਤੁਹਾਨੂੰ ਲੱਗੂਗਾ ਜੀ 200 ਰੁਪਇਆ। ਕਲਰ ਆਪਸ਼ਨ ਤੁਸੀਂ ਮੇਲ ਦੇਖ ਸਕਦੇ ਹੋ, ਅਲੱਗ ਅਲੱਗ ਕਲਰ ਆਪਸ਼ਨਸ। ਭਾਈ ਆਪਣੇ ਨਵੀਂ ਵਰਾਇਟੀ ਹੋਰ ਰੱਖੀ ਤੁਸੀਂ ਅੱਜ? ਕੋਟ ਸੈਟ ਜੀ, ਕੋਟ ਸੈਟ ਦਾ ਟ੍ਰੈਂਡ ਚੱਲ ਰਿਹਾ ਹੈ। ਹਾਂਜੀ ਬਹੁਤ ਰਨਿੰਗ ਆਈਟਮ ਹੈ, ਸਿਰਫ 350, ਸਿਰਫ 350। ਸਾਈਜ਼ ਐਲ ਐਕਸਲ ਡਬਲ ਐਕਸਲ। ਦੇਖੋ ਜੀ ਦੋਸਤੋ, ਡਿਸਪਲੇ ਲੱਗੇ ਹੋਏ ਕੋਰ ਸੈਟ, ਸਿਰਫ 350 ਜੀ, 350 ਰੁਪਏ ਦੇ ਵਿੱਚ ਕੋਰ ਸੈਟ। ਭਾਈ ਆਪਣੇ ਕੋਲ ਟੀ ਸ਼ਰਟਸ, ਸ਼ਰਟਸ, ਕੈਪਰੀ, ਕੈਪਰੀਆਂ, ਠੀਕ ਹੈ ਜੀ ਅਵੇਲੇਬਲ। ਜੀਨ ਪੈਂਟ ਛੱਡ ਕੇ, ਜੀਨ ਪੈਂਟ ਛੱਡ ਕੇ, ਜੀਨ ਪੈਂਟ ਛੱਡ ਕੇ ਹਰ ਚੀਜ਼ ਮਿਲ। ਠੀਕ ਹੈ, ਸੋ ਦੋਸਤੋ ਡੇਲੀ ਤੁਸੀਂ ਆਣ ਕੇ ਭਾਈ ਹੁਣਾਂ ਕੋਲ ਸ਼ੋਪਿੰਗ ਕਰ ਸਕਦੇ ਹੋ ਜੀ। ਆਪਾਂ ਚੱਲਦੇ ਹਾਂ ਅੱਗੇ, ਦਿਖਾਉਂਦੇ ਤੁਹਾਨੂੰ ਹੋਰ ਵਰਾਇਟੀ ਜਾ ਕੇ ਜੀ। ਲਓ ਜੀ ਹੁਣ ਆਪਣੇ ਵੀਰਾਂ ਵਾਸਤੇ ਦਿਖਾ ਰਹੇ ਹਾਂ ਤੁਹਾਨੂੰ ਜੀ, ਜੋਗਰ ਦੀਆਂ ਪੈਂਟਾਂ ਜੀ, ਜੋਗਰ ਜੋਗਰ ਪੈਂਟ ਤੁਹਾਨੂੂੰ ਦਿਖਾ ਰਹੇ ਹਾਂ ਜੀ। ਕਲਰ ਆਪਸ਼ਨ ਤੁਸੀਂ ਦੇਖ ਸਕਦੇ ਹੋ, ਅਲੱਗ ਅਲੱਗ ਬਲੈਕ ਕਲਰ, ਡਿਫਰੈਂਟ ਕਲਰ ਤੁਹਾਨੂੰ ਮਿਲ ਜਾਣਗੇ ਜੋਗਰ। ਸਾਈਜ਼ ਤੁਹਾਨੂੰ ਮਿਲ ਜੂਗਾ 28 30 32 34 ਨੰਬਰ ਜੀ, ਹੈ ਨਾ ਸਰ ਜੀ? 28 30 32 34 ਨੰਬਰ ਸਾਈਜ਼ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਜੋਗਰ ਦੀਆਂ ਪੈਂਟਾਂ, ਨਵੀਆਂ ਪੈਂਟਾਂ। ਰੇਟ ਤੁਹਾਨੂੰ ਲੱਗੂਗਾ ਜੀ 400 ਰੁਪਏ ਜੀ, 400 ਰੁਪਏ ਦੇ ਵਿੱਚ ਨਵੀਆਂ ਪੈਂਟਾਂ ਤੁਹਾਨੂੰ ਜੋਗਰ ਦੀਆਂ ਮਿਲ ਜਾਣਗੀਆਂ ਜੀ। ਉੱਪਰ ਬੱਚਿਆਂ ਵਾਸਤੇ ਜੀ ਦੇਖੋ ਜੀ ਟੀ ਸ਼ਰਟਸ ਆ ਗਈਆਂ। ਭਾਈ ਰੇਟ ਕੀ ਰੱਖਿਆ ਜੀ? ਛੋਟੀ ਟੀ ਸ਼ਰਟ 100 ਰੁਪਏ ਦੀ, ਹਾਂਜੀ। ਵੱਡੀ ਤੁਹਾਨੂੰ ਮਿਲੇਗੀ 150 ਦੇ ਵਿੱਚ, ਛੋਟੀ ਮਿਲੇਗੀ ਤੁਹਾਨੂੰ 100 ਰੁਪਏ ਦੇ ਵਿੱਚ। 100 150 ਦੇ ਵਿੱਚ ਟੀ ਸ਼ਰਟਸ, ਇੱਧਰ ਹੋਰ ਵੀ ਪਿੱਛੇ ਵੀ ਲੱਗੀਆਂ ਹੋਈਆਂ। ਉਸ ਤੋਂ ਪਹਿਲਾਂ ਤੁਹਾਨੂੰ ਮੈਂ ਸ਼ਰਟਸ ਦਿਖਾ ਦਾਂ ਭਾਈ, ਇਹਨਾਂ ਦਾ ਰੇਟ ਦੱਸ ਦਿਓ ਕਿੱਥੋਂ ਸ਼ੁਰੂ ਹੋ ਰਿਹਾ ਜੀ ਆਪਣੇ ਕੋਲ? 150 150 150। ਲਓ ਜੀ ਜਿਹੜੇ ਮਰਜ਼ੀ ਡਿਜ਼ਾਈਨ ਲੈ ਜਾਓ, ਵੱਡੇ ਚੈੱਕ ਲੈ ਜਾਓ, ਛੋਟੇ ਚੈੱਕ ਲੈ ਜਾਓ ਜੀ, ਉਸ ਤੋਂ ਵੱਡੇ ਚੈੱਕ ਲੈ ਜਾਓ ਜੀ।
ਪਲੇਨ ਵੀ ਮਿਲ ਜਾਣਗੀਆਂ ਜੀ? ਪਲੇਨ 200 ਰੁਪਏ, ਠੀਕ ਹੈ ਜੀ, 150 ਰੁਪਏ ਦੇ ਵਿੱਚ ਇਹ ਵਾਲੀਆਂ ਜੀ, ਚੈੱਕ ਵਾਲੀਆਂ ਪਲੇਨ ਤੁਹਾਨੂੰ ਮਿਲੂਗੀ 200 ਰੁਪਏ ਦੇ ਵਿੱਚ। ਭਾਅ ਜੀ ਹੁਣ ਨਾਲ ਇੱਧਰ ਪਜਾਮੇ ਵੀ ਲਗਾਏ ਹੋਏ ਆ ਜੀ। ਭਾਅ ਜੀ ਇਹਨਾਂ ਦਾ ਰੇਟ ਜੀ 150 ਰੁਪਏ ਦੇ ਵਿੱਚ। ਐਨ ਐਸ ਕੱਪੜੇ ਦੇ ਵਿੱਚ ਪਜਾਮੇ ਆ ਗਏ ਜੀ ਮੁੰਡਿਆਂ ਵਾਸਤੇ, ਅਲੱਗ ਅਲੱਗ ਡਿਜ਼ਾਈਨ। ਭਾਅ ਜੀ ਡਰਾਈ ਫਿੱਟ ਵੀ ਹੈਗਾ ਜੀ ਆਪਣੇ ਕੋਲ 150 ਜੀ, ਇਹ ਵੀ ਤੁਹਾਨੂੰ ਮਿਲੂਗੇ 150। ਕੋਟਨ ਦਾ ਵੀ ਲਾ ਜਾਓ ਜੀ 150 ਰੁਪਏ ਦੇ ਵਿੱਚ। ਇੱਧਰ ਹੋਰ ਵੀ ਆ ਦੇਖੋ ਜੀ, ਸੈਂਡੋ, ਸੈਂਡੋ ਦਾ ਰੇਟ ਕੀ ਰੱਖਿਆ ਜੀ? ਸੈਂਡੋ ਤੁਹਾਨੂੰ ਮਿਲ ਜਾਣੀ ਆ 100-100 ਰੁਪਏ ਦੇ ਵਿੱਚ। ਆਹ ਭਾਅ ਜੀ ਆਹ ਵੀ ਤੁਹਾਨੂੰ ਮਿਲ ਜੂਗੀ 100-100 ਰੁਪਏ ਦੇ ਵਿੱਚ। ਨਵੇਂ ਡਿਜ਼ਾਈਨ ਆ ਗਏ ਜੀ ਡਰਾਈ ਫਿੱਟ ਕੱਪੜੇ ਦੇ ਵਿੱਚ, ਟੀ ਸ਼ਰਟ ਦੇ ਵਿੱਚ ਵਰਾਇਟੀ ਦੇਖੋ ਜੀ। ਭਾਅ ਜੀ ਇਹਦਾ ਰੇਟ ਦੱਸ ਦਿਓ ਜੀ ਇੱਕ ਵਾਰੀ ਜੀ। 150 ਰੁਪਏ ਦੇ ਵਿੱਚ ਸਿੱਧੂ ਮੂਸੇ ਵਾਲੇ ਦੀਆਂ ਟੀ ਸ਼ਰਟਸ, ਪ੍ਰਿੰਟ ਟੀ ਸ਼ਰਟਸ ਤੁਹਾਨੂੰ ਮਿਲ ਜਾਣਗੀਆਂ, ਪਲੇਨ ਮਿਲ ਜਾਣਗੀਆਂ। ਭਾਅ ਜੀ ਆਪਣੇ ਕੋਲ ਜੀਨ ਦੀਆਂ ਪੈਂਟਾਂ, ਰੇਟ ਜੀ? ਅੱਛਾ ਜੀ, ਜੀਨ ਦੀਆਂ ਪੈਂਟਾਂ ਲੂਜ਼ਰ ਜਿਹੜੀ 500 ਰੁਪਏ ਕਹਿੰਦਾ ਜੀ, ਲੂਜ਼ਰ ਮਤਲਬ ਖੁੱਲ੍ਹੀ ਡੁੱਲੀ ਪੈਂਟ ਜਿਹੜੀ 500 ਰੁਪਏ ਤੋਂ ਸ਼ੁਰੂ ਹੋ ਰਹੀ ਆ। ਸਾਹਮਣੇ ਡਿਸਪਲੇ ਦੇ ਵਿੱਚ ਵਰਾਇਟੀ ਭਾਅ ਜੀ ਉਹਨੂੰ ਲਗਾਈ ਹੋਈ ਹੈ ਜੀ, 500 ਚ ਸ਼ੁਰੂ ਹੋ ਰਹੀ ਹੈ ਜੀ। ਜੋਗਰ ਤੁਹਾਨੂੰ ਮੈਂ ਦਿਖਾ ਚੁੱਕਾ ਜੀ, ਸੋ ਭਾਅ ਜੀ ਉਹਨੇ ਤਾਂ ਪਹਿਚਾਣ ਕਰ ਲਓ ਜੀ। ਭਾਅ ਜੀ ਸ਼ੋਪ ਦਾ ਨਾਮ ਕੀ ਹੈ ਜੀ? ਬੋਬੀ ਕਲੈਕਸ਼ਨ, ਬੋਬੀ ਕਲੈਕਸ਼ਨ, ਨੀਅਰ ਜੋਤੀ ਚੌਂਕ। ਅਤੇ ਓਪੋਜ਼ਿਟ ਕੀ ਹੈ ਜੀ ਆਪਣੇ? ਸੁਦਾਮਾ ਮਾਰਕੀਟ ਹੈਗੇ ਜੀ, ਨੀਅਰ ਹੈਗੇ ਚੀਪ ਮੈਟਿੰਗ ਹਾਊਸ ਡੇਲੀ। ਭਾਅ ਜੀ ਹੁਣ ਸ਼ੋਪ ਓਪਨ ਹੁੰਦੀ ਹੈ ਜੀ ਜੇਲ ਰੋਡ, ਹੈ ਨਾ ਜੀ? ਆਹ ਹੈਗਾ ਜੀ ਜੇਲ ਰੋਡ, ਇੱਥੇ ਆਣ ਕੇ ਤੁਸੀਂ ਡੇਲੀ ਪੈਂਟਾਂ ਲੈ ਕੇ ਜਾ ਹੋਣਾ ਚਾਹੋ ਪੈਂਟਾਂ ਵੀ ਲੈ ਕੇ ਜਾ ਸਕਦੇ ਹੋ, ਜੋ ਚੀਜ਼ ਤੁਹਾਨੂੰ ਇੱਥੇ ਪਸੰਦ ਆਉਂਦੀ ਹੈ ਲੈ ਕੇ ਜਾ ਸਕਦੇ ਹੋ ਜੀ। ਪ੍ਰਿੰਟਡ ਟੀ ਸ਼ਰਟਸ ਆ ਗਈਆਂ ਜੀ ਦੇਖੋ ਜੀ, ਬੈਕ ਸਾਈਡ 'ਤੇ ਪ੍ਰਿੰਟ ਟੈਡੀ ਵੇਅਰ ਵਾਲੀਆਂ ਟੀ ਸ਼ਰਟਸ ਆ ਗਈਆਂ ਜੀ ਮੁੰਡਿਆਂ ਵਾਸਤੇ, ਬਹੁਤ ਹੀ ਸੋਹਣੀਆਂ ਸੋਹਣੀਆਂ ਕਲਰਫੁੱਲ ਟੀ ਸ਼ਰਟਸ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ। ਅਲੱਗ ਅਲੱਗ ਫਰੰਟ 'ਤੇ ਪ੍ਰਿੰਟ, ਬੈਕ 'ਤੇ ਪ੍ਰਿੰਟ ਤੁਹਾਨੂੰ ਮਿਲ ਜਾਣਗੇ ਬਾਜ ਵਾਲੀਆਂ ਦਾ ਜੀ। ਹੋਰ ਵੀ ਪ੍ਰਿੰਟਡ ਟੀ ਸ਼ਰਟਸ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ ਡਿਜ਼ਾਈਨ ਦੇ ਵਿੱਚ, ਕਲਰ ਆਪਸ਼ਨ ਅਲੱਗ ਅਲੱਗ। ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਜੀ 200 ਰੁਪਈਆ। ਉੱਪਰ ਵਾਲੀਆਂ ਵੀ ਜਿਹੜੀਆਂ ਤੁਸੀਂ ਦੇਖ ਰਹੇ ਹੋ ਰੇਟ ਇਹਨਾਂ ਦਾ ਲੱਗੂਗਾ ਜੀ ਗੋਲ ਗਲੇ ਦੇ ਵਿੱਚ 200 ਰੁਪਈਆ ਜੀ। ਇੱਧਰ ਵਾਲੀਆਂ ਸ਼ਰਟਸ ਆ ਦੇਖੋ ਜੀ, ਇਹ 'ਚ ਬਟਨ ਲੱਗੇ ਹੋਏ, ਇਹਨਾਂ ਦਾ ਰੇਟ ਤੁਹਾਨੂੰ ਲੱਗੂਗਾ ਜੀ 350 ਰੁਪਈਆ। ਫੁੱਲ ਸਲੀਵ ਦੇ ਵਿੱਚ ਟੀ ਸ਼ਰਟਸ ਸ਼ਰਟਸ ਆ ਗਈਆਂ ਜੀ। ਇੱਧਰ ਹੋਰ ਵੀ ਆ ਗਈਆਂ ਜੀ। ਭਾਅ ਜੀ ਇਹਨਾਂ ਦਾ ਰੇਟ ਦੱਸੋ ਜੀ? 150 ਰੁਪਈਆ ਜੀ। ਸਾਈਜ਼ ਕਿਹੜੇ ਕਿਹੜੇ ਮਿਲ ਜਾਣਗੇ ਜੀ ਇਹ 'ਚ? ਐਮ ਤੋਂ ਲੈ ਕੇ XL ਸਾਈਜ਼ ਤੁਹਾਨੂੰ ਮਿਲ ਜੂਗਾ ਜੀ ਸ਼ਰਟਸ। ਰੇਟ ਇਹਨਾਂ ਦਾ ਲੱਗੂਗਾ ਜੀ 150 ਰੁਪਈਆ ਜੀ ਮੁੰਡਿਆਂ ਵਾਸਤੇ। ਫੁੱਲ ਸਲੀਵ ਸ਼ਰਟਸ, ਪ੍ਰਿੰਟਡ ਲੈ ਜਾਓ, ਪਲੇਨ ਲੈ ਜਾਓ ਜੀ। ਲਓ ਜੀ ਕਿੰਨੇ ਜੀ? ਹਾਫ ਬਾਜੂ ਵੀ ਲੈ ਕੇ ਜਾ ਸਕਦੇ ਹੋ ਜੀ 150-150 ਰੁਪਏ ਦੇ ਵਿੱਚ। ਲਓ ਜੀ XL ਸਾਈਜ਼ ਭਾਅ ਜੀ, ਉੱਪਰ ਚੱਕ ਕੇ ਦਿਖਾ ਦਿਓ ਜੀ ਇੱਕ ਵਾਰੀ ਜੀ। ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਜੀ 150 ਰੁਪਈਆ ਜੀ। ਇਹ ਵੀ ਤੁਹਾਨੂੰ ਮਿਲ ਜੂਗੀ 150 ਰੁਪਏ ਦੇ ਵਿੱਚ। ਲਾਈਨਾਂ ਵਾਲੀਆਂ ਲੈ ਜਾਓ, ਜਿਹੋ ਜਿਹੀਆਂ ਮਰਜ਼ੀ ਲੈ ਜਾਓ ਭਾਅ ਜੀ। ਆਹ ਵਾਲੀਆਂ ਟੀ ਸ਼ਰਟਸ 150 ਰੁਪਈਆ ਜੀ। ਲਓ ਜੀ ਹੁਣ ਤੁਹਾਨੂੰ ਦਿਖਾ ਰਹੇ ਹਾਂ 150 ਰੁਪਏ ਦੇ ਵਿੱਚ ਟੀ ਸ਼ਰਟਸ ਆ ਦੇਖੋ ਜੀ। ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ ਜੀ, ਵੱਖਰੇ ਵੱਖਰੇ ਕਲਰ। ਲਓ ਜੀ 150 ਰੁਪਈਆ ਜੀ। ਕਾਲਰ ਵਾਲੀਆਂ ਲੈ ਜਾਓ, ਗੋਲ ਗਲੇ ਦੇ ਵਿੱਚ ਲੈ ਜਾਓ। ਰੇਟ ਤੁਹਾਨੂੰ ਲੱਗੂਗਾ ਜੀ 150 ਰੁਪਈਆ। ਹਾਂਜੀ ਸਾਈਜ਼ ਤੁਸੀਂ ਦੇਖੋ ਜੀ, ਖੁੱਲ੍ਹੇ ਡੁੱਲੇ 150 ਰੁਪਈਆ ਜੀ। ਭਾਅ ਜੀ ਉਹ ਕੈਪਰੀਆਂ ਜੀ 100 ਰੁਪਈਆ ਜੀ। ਅੱਛਾ 150 ਰੁਪਏ ਦੇ ਵਿੱਚ ਕੈਪਰੀਆਂ। ਭਾਅ ਜੀ ਉਹਨਾਂ ਕੋਲ ਪਜਾਮੇ ਵੀ ਲੱਗੇ ਹੋਏ ਆ ਵਧੀਆ ਜੀ। ਭਾਅ ਜੀ ਪਜਾਮਿਆਂ ਦਾ ਰੇਟ ਇਹਨਾਂ ਦਾ ਜੀ 250 ਰੁਪਏ ਦੇ ਵਿੱਚ। ਸੋਹਣੇ ਸੋਹਣੇ ਆਹ ਦੇਖੋ ਜੀ ਐਮਬਰਾਇਡਰੀ ਵਾਲੇ ਪਜਾਮੇ ਤੁਹਾਨੂੰ ਮਿਲ ਜਾਣਗੇ ਜੀ 250-250 ਜੀ ਸਾਰੇ। ਆਹ ਸਾਰੇ ਤੁਹਾਨੂੰ ਉੱਪਰ ਵਾਲੇ 250 ਰੁਪਏ। ਭਾਅ ਜੀ ਆਪਣੇ ਕੋਲ ਜੀਨ ਲੱਗੀਆਂ ਹੋਈਆਂ ਜੀ, ਇਹਨਾਂ ਦਾ ਰੇਟ ਜੀ? ਉਹ ਪਿੱਛੇ ਵਾਲੀਆਂ ਜੀਨ ਤੁਹਾਨੂੰ ਮਿਲ ਜਾਣਗੀਆਂ 600 ਰੁਪਏ ਦੇ ਵਿੱਚ। ਆਹ ਦੇਖੋ ਜੀ ਪਹਿਲੇ ਨੰਬਰ ਵਾਲੀ 600 'ਚ, ਪਿੱਛੇ ਵਾਲੀਆਂ ਨਾਲ ਦੀਆਂ 550 ਦੇ ਵਿੱਚ ਜੀਨਸ ਤੁਹਾਨੂੰ ਮਿਲ ਜਾਣਗੀਆਂ। ਭਾਅ ਜੀ ਇੱਧਰ ਸ਼ਰਟਸ ਲੱਗੀਆਂ ਹੋਈਆਂ ਇਹਨਾਂ ਦਾ ਰੇਟ ਜੀ 300 ਰੁਪਏ ਦੇ ਵਿੱਚ। ਵਧੀਆ ਬ੍ਰਾਂਡਡ ਕੋਟਨ ਦੀਆਂ ਸ਼ਰਟਸ ਆ ਗਈਆਂ ਜੀ 300-300 ਰੁਪਏ ਦੇ ਵਿੱਚ। ਕਾਫੀ ਵਰਾਇਟੀ ਭਾਅ ਜੀ ਉਹਨਾਂ ਕੋਲ ਮਿਲ ਜੂਗੀ ਜੀ। ਡੇਲੀ ਸ਼ੋਪ ਓਪਨ ਹੁੰਦੀ ਹੈ ਜੀ ਨੀਅਰ ਜੋਤੀ ਚੌਂਕ ਜਲੰਧਰ। ਜਦੋਂ ਮਰਜ਼ੀ ਤੁਸੀਂ ਇੱਥੋਂ ਆਣ ਕੇ ਕੱਪੜੇ ਖਰੀਦ ਕੇ ਲੈ ਕੇ ਜਾ ਸਕਦੇ ਹੋ ਜੀ। ਪਜਾਮਾ ਕਿਹੜਾ ਰਹਿ ਗਿਆ ਜੀ?
ਅੱਛਾ 150 ਵਾਲਾ ਪਜਾਮਾ ਆ ਦੇਖੋ ਯਾ ਵਾਲੇ ਪਜਾਮੇ ਐਨਐਸ ਕੱਪੜੇ ਦੇ ਵਿੱਚ ਲਓ ਜੀ ਐਕਸਲ ਅੱਛਾ ਜੀ ਛੋਟਾ ਲੈ ਜਾਓ ਕਾਟਨ ਦਾ ਲੈ ਜਾਓ ਚਾਹੇ ਜਿਹੜੇ ਮਰਜ਼ੀ ਸਾਈਜ਼ ਲੈ ਜਾਓ ਰੇਟ ਇਹਨਾਂ ਦਾ ਲੱਗੂਗਾ ਜੀ 150 ਜੀ ਲਓ ਜੀ ਅੱਗੇ ਹੋਰ ਵਰਾਇਟੀ ਤੁਹਾਨੂੰ ਦਿਖਾਉਂਦੇ ਆ ਜੀ ਕਮੀਜ਼ਾਂ ਦੀ ਮੁੰਡਿਆਂ ਵਾਸਤੇ ਕਮੀਜ਼ਾਂ ਆ ਗਈਆਂ ਜੀ ਫੁੱਲ ਸਲੀਵ ਸ਼ਾਲਸ ਆ ਗਈਆਂ ਜੀ ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਜੀ 150 ਜਿਹੜੀ ਮਰਜ਼ੀ ਸ਼ਾਂਟੀ ਕਰਕੇ ਲੈ ਜਾਓ ਜੀ 150 ਰੁਪਏ ਦੇ ਵਿੱਚ ਭਾਜੀ ਪਲੇਨ ਵੀ 150 ਚ ਪਲੇਨ ਵੀ ਤੁਹਾਨੂੰ ਮਿਲ ਜੂਗੀ 150 ਰੁਪਏ ਦੇ ਵਿੱਚ ਨਾਲ ਹੀ ਇੱਧਰ ਪਜਾਮੇ ਆ ਗਏ ਜੀ ਐਨਐਸ ਕੱਪੜੇ ਦੇ ਵਿੱਚ 150 ਰੁਪਏ ਦੇ ਵਿੱਚ ਪਜਾਮੇ ਸਾਈਜ਼ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ ਭਾਈ ਆਹ ਵਾਲੇ ਪਜਾਮੇ ਇਹਨਾਂ ਦਾ ਰੇਟ ਜੀ ਇੱਧਰ ਵਾਲੇ ਪਜਾਮੇ ਸਾਹਮਣੇ ਵਾਲੇ ਪ੍ਰਿੰਟਡ ਪਜਾਮੇ ਤੁਹਾਨੂੰ 250 ਰੁਪਏ ਦੇ ਵਿੱਚ ਮਿਲ ਜਾਣਗੇ ਜੀ ਇੱਕ ਮਿੰਟ ਜਾ ਦੇਖੋ ਜੀ ਇੱਧਰ ਹੋਰ ਵੀ ਦਿਖਾ ਦਾਂ ਇਹਦਾ ਰੇਟ ਕੀ ਦਰਖ ਰੱਖਿਆ ਜੀ 250 ਰੁਪਏ ਦੇ ਵਿੱਚ ਆਹ ਵਾਲੇ ਪਜਾਮੇ ਤੁਹਾਨੂੰ ਮਿਲ ਜਾਣਗੇ 250 ਰੁਪਏ ਦੇ ਵਿੱਚ ਉੱਪਰ ਵਾਲੀਆਂ ਟੀ ਸ਼ਰਟਸ ਭਾਈ 200-250 ਉੱਪਰ ਵਾਲੀਆਂ ਟੀ ਸ਼ਰਟਸ ਪ੍ਰਿੰਟਡ ਲੱਗੀਆਂ ਹੋਈਆਂ ਜੀ 250 ਰੁਪਏ ਦੇ ਵਿੱਚ ਨਾਲ ਹੀ ਤੁਹਾਨੂੰ ਜੀਨ ਦੀਆਂ ਪੈਂਟਾਂ ਮਿਲ ਜਾਣਗੀਆਂ ਭਾਅ ਜੀ ਰੇਟ 500-600 ਜੀ 600 ਰੁਪਏ ਦੇ ਵਿੱਚ ਜੀਨ ਦੀਆਂ ਪੈਂਟਾਂ ਭਾਅ ਜੀ ਕਮੀਜ਼ਾਂ ਨਵੀਆਂ ਆਈਆਂ ਜਾਂ ਜਿਹੜੀਆਂ ਇਹਨਾਂ ਦਾ ਰੇਟ ਕੀ ਰੱਖਿਆ ਜੀ ਫਿਰ ਹੁਣ 300 ਰੁਪਏ ਦੇ ਵਿੱਚ ਆ ਦੇਖੋ ਜੀ ਨਵੀਆਂ ਕਮੀਜ਼ਾਂ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਕੱਪੜਾ ਜੀ ਬਹੁਤ ਵਧੀਆ ਹੈਗਾ ਜੀ ਹੰਡਣ ਵਾਲਾ ਕੱਪੜਾ ਜੀ ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ 300 ਰੁਪਈਆ ਜੀ ਹੋਰ ਜੀਨ ਦੀਆਂ ਪੈਂਟਾਂ ਭਾਜੀ ਲਓ ਜੀ ਫੁੱਲ ਸਲੀਵ ਟੀ ਸ਼ਰਟ 200 ਰੁਪਏ ਜੀ ਲਓ ਜੀ ਫੁੱਲ ਸਲੀਵ ਟੀ ਸ਼ਰਟ ਪਿਓਰ ਕਾਟਨ ਦਾ ਕੱਪੜਾ ਜੀ ਰੰਗ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਰੰਗ ਆ ਗਏ ਜੀ ਗੋਲ ਗਲੇ ਦੇ ਵਿੱਚ ਰੇਟ ਤੁਹਾਨੂੰ ਲੱਗੂਗਾ ਜੀ ਸਿਰਫ 200 ਰੁਪਈਆ ਜੀ ਭਾਈ ਸਾਈਜ਼ ਕਿਹੜੇ ਮਿਲ ਜਾਣਗੇ ਜੀ ਐਲ ਸਾਈਜ਼ ਸਾਈਜ਼ ਤੁਹਾਨੂੰ ਸਿਰਫ ਇਹ ਐਲ ਮਿਲ ਜਾਣਗੇ ਭਾਅ ਜੀ ਹੁਣ ਪਹਿਚਾਣ ਕਰ ਲਓ ਜੀ ਹਰ ਰੋਜ਼ ਸ਼ੋਪ ਓਪਨ ਹੁੰਦੀ ਹੈ ਜੀ ਨੀਅਰ ਜੋਤੀ ਚੌਂਕ ਜਦੋਂ ਮਰਜ਼ੀ ਤੁਸੀਂ ਇੱਥੇ ਆਣ ਕੇ ਨੀਅਰ ਕਾਲੀ ਮਾਤਾ ਮੰਦਿਰ ਜੀ ਹੈ ਨਾ ਜੀ ਨੀਅਰ ਕਾਲੀ ਮਾਤਾ ਮੰਦਿਰ ਆਣ ਕੇ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਆਹ ਦੇਖੋ ਜੀ ਇੱਧਰ ਸ਼ਰਟਸ ਦੀ ਵਰਾਇਟੀ ਬਹੁਤ ਹੈ ਜੀ ਭਾਅ ਜੀ ਆਹ ਕੈਪਰੀਆਂ ਦਾ ਰੇਟ ਦੱਸੋ ਜੀ ਇਹਨਾਂ ਦਾ ਜੀ 300 ਰੁਪਏ ਦੇ ਵਿੱਚ ਕਾਟਨ ਦੇ ਕੱਪੜੇ ਦੇ ਵਿੱਚ ਕੈਪਰੀਆਂ ਆ ਗਈਆਂ ਜੀ 300 ਰੁਪਏ ਦੇ ਵਿੱਚ ਭਾਈ ਜੋਗਰ ਜੀ ਕਿੰਨੇ 'ਚੋਂ ਸਟਾਰਟ ਹੋ ਰਹੀ ਹੈ ਜੀ ਜੋਗਰ ਤੁਹਾਨੂੰ ਮਿਲ ਜੂਗੀ ਜੀ 550 ਦੇ ਵਿੱਚ ਕੱਪੜੇ ਦੇ ਵਿੱਚ ਲੈ ਜਾਓ ਜੀ ਜੀਨ ਦੇ ਵਿੱਚ ਲੈ ਜਾਓ ਜੀ ਆਹ ਦੇਖੋ ਜੀ ਜੋਗਰ ਮੁੰਡਿਆਂ ਵਾਸਤੇ ਪੈਂਟਾਂ ਜੀ 550 ਭਾਈ ਜੀਨ ਦੀਆਂ ਪੈਂਟਾਂ ਉੱਪਰ ਵਾਲੀਆਂ ਜੀ ਅੱਛਾ ਜੀ ਸਟਾਰਟਿੰਗ ਰੇਟ ਜੀਨ ਦਾ ਹੈਗਾ ਜੀ 500 ਰੁਪਈਆ ਕੋਈ 600 ਰੁਪਈਆ 500-600 ਅਲੱਗ ਅਲੱਗ ਡਿਜ਼ਾਈਨ ਅਲੱਗ ਅਲੱਗ ਰੇਟ ਜੀਨ ਦੀਆਂ ਪੈਂਟਾਂ ਦੇ ਜੀਨ ਦੀਆਂ ਪੈਂਟ ਦੇ ਅਲੱਗ ਅਲੱਗ ਰੇਟ ਅਲੱਗ ਅਲੱਗ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਜੀ ਕਾਫੀ ਕੁਛ ਭਾਜੀ ਉਹਨਾਂ ਕੋਲੋਂ ਮਿਲ ਜੂਗਾ ਜੀ ਇੱਥੋਂ ਆਣ ਕੇ ਤੁਸੀਂ ਡੇਲੀ ਆਣ ਕੇ ਸ਼ੋਪਿੰਗ ਕਰ ਸਕਦੇ ਹੋ ਜੀ ਲਓ ਜੀ ਆਪਾਂ ਹੁਣ ਪਹੁੰਚ ਚੁੱਕੇ ਜੱਸੀ ਗਾਰਮੈਂਟਸ ਨੀਅਰ ਜੋਤੀ ਚੌਂਕ ਜਲੰਧਰ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਆਪਣੇ ਕੋਲ ਵਰਾਇਟੀ ਬਹੁਤ ਵਧੀਆ ਹੁੰਦੀ ਹੈ ਜੀ ਤੇ ਭਾਜੀ ਸਟਾਰਟਿੰਗ ਰੇਂਜ ਦੱਸ ਦਿਓ ਸਾਨੂੰ ਕਿੱਥੋਂ ਸ਼ੁਰੂ ਹੈ ਜੀ ਸਟਾਰਟਿੰਗ ਭਾਜੀ ਆਪਣੇ ਕੋਲ 300 ਤੋਂ ਲੈ ਕੇ 400 ਤੱਕ ਪਹਿਲਾਂ ਦੱਸੋ ਵਰਾਇਟੀ ਕਿਹੜੀ ਕਿਹੜੀ ਮਿਲ ਜਾਂਦੀ ਆਪਣੇ ਕੋਲ ਜੀ ਸਾਡੇ ਕੋਲ ਸਾਰੀ ਸ਼ੋਰੂਮ ਵਾਲੀ ਵਰਾਇਟੀ ਹੈ ਭਾਜੀ ਹਾਂਜੀ ਕਿਹੜੀ ਟੀ ਸ਼ਰਟਸ ਟੀ ਸ਼ਰਟ ਜੀਨਸ ਅੱਛਾ ਜੀ ਅੱਛਾ ਜੀ ਸ਼ਰਟਸ ਸ਼ਰਟਾਂ ਅੱਛਾ ਜੀ ਸਾਰੀਆਂ ਮਤਲਬ ਲੇਟੈਸਟ ਡੈਨਿਮ ਓਕੇ ਓਕੇ ਸਾਡੇ ਕੋਲ ਸਾਰੀ ਸ਼ੋਰੂਮ ਵਾਲੀ ਵਰਾਇਟੀ ਮਿਲਣੀ ਹੈ ਜਿਹੜੀ ਤੁਹਾਨੂੰ 4-5 ਹਜ਼ਾਰ ਰੁਪਏ ਦੀ ਜੀਨ ਮਿਲਣੀ ਹੈ ਸਾਡੇ ਕੋਲ 600 ਦੀ ਮਿਲਣੀ ਹੈ ਮਤਲਬ ਕਿ ਬ੍ਰਾਂਡਡ ਮਾਲ ਆਪਣੇ ਕੋਲ ਮਿਲੂਗਾ ਬ੍ਰਾਂਡ ਮਾਲ ਹੈ ਤੇ ਬਾਜ਼ਾਰ ਨਾਲੋਂ 200-400 ਰੁਪਏ ਸਸਤਾ ਹੈ ਜੀ ਓਕੇ ਜੀ ਫਸਟ ਵਰਾਇਟੀ ਦੋਸਤੋ ਇੱਧਰ ਮੈਂ ਤੁਹਾਨੂੰ ਦਿਖਾ ਦਵਾਂ ਡਿਸਪਲੇ ਲੱਗੀ ਹੋਈ ਹੈ ਇੱਧਰ ਆ ਦੇਖੋ ਜੀ ਭਾਜੀ ਹੁਣੀ ਦੱਸ ਰਹੇ ਜਿੱਦਾਂ ਬ੍ਰਾਂਡਡ ਟੀ ਸ਼ਰਟਸ ਬ੍ਰਾਂਡਡ ਜੀਨਸ ਬ੍ਰਾਂਡਡ ਪਜਾਮੇ ਤੁਹਾਨੂੰ ਮਿਲ ਜਾਣਗੇ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਹੀ ਸੋਹਣੀਆਂ ਸੋਹਣੀਆਂ ਟੀ ਸ਼ਰਟਸ ਆ ਗਈਆਂ ਜੀ ਮੁੰਡਿਆਂ ਵਾਸਤੇ ਡਾਊਨ ਸ਼ੋਲਡਰ ਸਟ੍ਰਾਈਪਸ ਦੇਖੋ ਜੀ ਕਿੱਡੇ ਵੱਡੇ ਵੱਡੇ ਹੈਗੇ ਜੀ ਤੁਸੀਂ ਬ੍ਰਾਂਡ ਚੈੱਕ ਕਰ ਸਕਦੇ ਹੋ ਜੀ ਨਾਮ ਤੁਸੀਂ ਪੜ੍ਹ ਸਕਦੇ ਹੋ ਜੀ ਰੇਟ ਸਟਾਰਟ ਹੋ ਰਿਹਾ ਜੀ 300 ਰੁਪਈਆ ਜੀ 300 ਰੁਪਏ ਦੇ ਵਿੱਚ ਦੇਖੋ ਜੀ ਬ੍ਰਾਂਡ ਟੀ ਸ਼ਰਟ ਸਟਾਰਟ ਹੋ ਰਿਹਾ ਜੀ ਕਲਰ ਆਪਸ਼ਨ ਦੇਖੋ ਜੀ ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ ਜੀ ਭਾਅ ਜੀ ਇਹ 'ਚ ਸਾਈਜ਼ ਕਿਹੜੇ ਕਿਹੜੇ ਮਿਲਣ ਵਾਲੇ ਆ ਜੀ ਮੀਡੀਅਮ ਟੂ ਡਬਲ ਐਕਸਲ ਓਕੇ ਜੀ ਘੱਟੋ ਘੱਟ 200 ਡਿਜ਼ਾਈਨ ਆ ਟੀ ਸ਼ਰਟ 200 ਡਿਜ਼ਾਈਨ ਮਿਲੂਗਾ ਘੱਟੋ ਘੱਟ ਸਾਈਜ਼ ਐਮ ਟੂ ਡਬਲ ਐਕਸਲ 200 ਡਿਜ਼ਾਈਨ ਆ ਜੀ ਅੱਛਾ ਜੀ ਘੱਟੋ ਘੱਟ 4-5 ਹਜ਼ਾਰ ਟੀ ਸ਼ਰਟ ਪਈ ਅੰਦਰ ਆਪਣੇ ਅੰਦਰ ਵੀ ਆਪਾਂ ਜ਼ਰੂਰ ਚੱਲਾਂਗੇ ਪਹਿਲਾਂ ਤੁਹਾਨੂੰ ਮੈਂ
ਡਿਸਪਲੇ ਦਿਖਾ ਦੇਵਾਂ। ਦੇਖੋ ਟੀ ਸ਼ਰਟਸ ਦੀ ਵਰਾਇਟੀ ਆ, ਦੇਖੋ ਜੀ ਅਲੱਗ ਅਲੱਗ ਡਿਜ਼ਾਈਨ, ਅਲੱਗ ਅਲੱਗ ਕਲਰ। ਬਾਹਰ ਤੁਹਾਨੂੰ ਪਹਿਲਾਂ ਪਜਾਮੇ ਮਿਲ ਜਾਣਗੇ। ਭਾਅ ਜੀ ਸਟਾਰਟਿੰਗ ਰੇਂਜ ਦੱਸ ਦਿਓ ਬਸ ਇਹਨਾਂ ਦੀ। ਅੱਛਾ ਜੀ 500 250 ਤੋਂ ਲੈ ਕੇ ਪਜਾਮਾ ਮਿਲ ਜੂਗਾ ਜੀ 500 ਰੁਪਏ ਦੇ ਵਿੱਚ ਵਿੱਚ। 4 ਪੋਕਿਟ 6 ਪੋਕਿਟ, ਅਲੱਗ ਅਲੱਗ ਡਿਜ਼ਾਈਨ, ਅਲੱਗ ਅਲੱਗ ਕਲਰ। ਅਤੇ ਭਾਅ ਜੀ ਆਪਣੇ ਕੋਲ ਅੱਜ ਨੈੱਟ ਵਾਲੀਆਂ ਸ਼ਰਟਸ ਆ ਗਈਆਂ ਜੀ। ਰੇਟ ਜੀ ਇਹਦਾ 300 ਰੁਪਏ ਦੇ ਵਿੱਚ ਨੈੱਟ ਵਾਲੀਆਂ ਸ਼ਰਟਸ, ਹਾਫ ਸਲੀਵ ਹਵਾਦਾਰ ਸ਼ਰਟਸ ਆ ਗਈਆਂ ਮੁੰਡਿਆਂ ਵਾਸਤੇ। ਬਲੈਕ ਕਲਰ, ਵਾਈਟ ਕਲਰ, ਉੱਪਰ ਹੋਰ ਲਾਈਨਾਂ ਵਾਲੀਆਂ ਵੀ ਤੁਹਾਨੂੰ ਮਿਲ ਜਾਣਗੇ। ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਜੀ 300 ਰੁਪਇਆ। ਵਾਹ, ਆਹ ਵੀ ਹੋਰ ਵੀ ਹੈਗੀਆਂ ਜੀ, ਲਓ ਜੀ ਕਲਰ ਆਪਸ਼ਨ ਬਹੁਤ ਮਿਲ ਜਾਣਗੇ ਜੀ ਤੁਹਾਨੂੰ। ਭਾਅ ਜੀ ਆਹ ਜਿਹੜੀਆਂ ਹੈ ਪੋਪਕੋਰਨ ਜੀ, ਹਾਂਜੀ ਇਹ 400 ਰੁਪਏ ਰੇਂਜ 'ਚ। ਲਓ ਜੀ 300 ਪੋਪਕੋਰਨ ਵਾਲੀਆਂ ਤੁਹਾਨੂੰ ਮਿਲ ਜਾਣਗੀਆਂ 400। ਲਓ ਜੀ ਆਹ ਦੇਖੋ ਜੀ, ਹੋਰ ਵੀ ਮੈਂ ਦੇਖ ਰਿਹਾ ਜੀ ਨੈੱਟ ਦੇ ਵਿੱਚ ਸ਼ਰਟਸ ਦੀ ਵਰਾਇਟੀ ਬਹੁਤ ਜ਼ਿਆਦਾ ਮਿਲਣ ਵਾਲੀ ਨੈੱਟ ਦੇ ਵਿੱਚ। ਭਾਅ ਜੀ ਆਪਣੇ ਕੋਲ ਜੋਗਰ ਕਿੱਥੋਂ ਸ਼ੁਰੂ ਹੋ ਰਹੀ ਹੈ ਜੀ? ਜੋਗਰ 500 ਰੁਪਏ, 500 ਰੁਪਏ ਤੋਂ ਜੋਗਰ ਸਟਾਰਟ ਹੋ ਰਹੀ ਹੈ ਜੀ। ਭਾਅ ਜੀ ਜੀਨ, ਜੀ ਜੀਨ 600 ਰੁਪਏ ਨੈੱਟ ਰੇਟ ਹੈ ਜੀ। 600 ਰੁਪਏ ਦੇ ਵਿੱਚ ਲੂਜ਼ਰ ਜੀਨ ਹੈ ਭਾਅ ਜੀ, ਸਟੇਟ ਫਿੱਟ ਜੀਨਸ 600 ਰੁਪਏ ਦੇ ਵਿੱਚ। ਭਾਅ ਜੀ ਹੁਣੀ ਦੱਸ ਰਹੇ ਸੀ ਅੰਦਰ ਵਰਾਇਟੀ ਦਿਖਾਉਂਦੇ ਹਾਂ ਤੁਹਾਨੂੰ ਜਾ ਕੇ ਜੀ। ਲਓ ਜੀ ਕੋਰਸੈਟ ਆ ਗਏ ਜੀ, ਵਾਓ ਦਿਖਾਓ ਭਾਅ ਜੀ ਸਾਨੂੰ ਫਿਰ। ਲਓ ਜੀ ਮੇਰੇ ਭਰਾਵਾਂ ਵਾਸਤੇ ਕੋਰਸੈਟ ਆ ਗਏ, ਗੋਲ ਗਲੇ ਦੇ ਵਿੱਚ ਨਾਲ ਨਿੱਕਰ। ਭਾਅ ਜੀ ਸਟਾਰਟਿੰਗ ਪ੍ਰਾਈਸ ਜੀ 500 ਪਰ ਜਿਹੜੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ 400 ਰੁਪਏ ਲੱਗੂਗਾ। ਓਕੇ, ਵੈਸੇ ਰੇਟ ਹੈਗਾ ਜੀ 500 ਰੁਪਇਆ, 400 ਰੁਪਏ ਲੱਗੇਗਾ। ਜਿਹੜਾ ਸਾਡੀ ਵੀਡੀਓ ਦੇਖ ਕੇ ਆਊਗਾ, ਸਕਰੀਨਸ਼ੋਟ ਲੈ ਕੇ ਆਊਗਾ, ਸ਼ੇਅਰ ਕਰਕੇ ਆਊਗਾ, ਉਹਨੂੰ ਲੱਗੂਗਾ ਜੀ 400 ਰੁਪਇਆ। ਮਤਲਬ ਕਿ ਸਿੱਧਾ ਹੀ 100 ਰੁਪਇਆ ਲੈਸ ਹੋ ਜੂਗਾ। ਸੈਂਪਲ ਤੁਹਾਨੂੰ ਦਿਖਾ ਚੁੱਕੇ ਹਾਂ ਜੀ, ਕਲਰ ਆਪਸ਼ਨ ਦੇਖੋ ਜੀ। ਆਹ ਸਾਰੇ ਕੋਰ ਸੈੱਟ ਹੀ ਲੱਗੇ ਹੋਏ ਆ, ਸਾਰੇ ਕੋਰ ਸੈੱਟ ਮੁੰਡਿਆਂ ਵਾਸਤੇ ਜੀ। ਅੰਦਰ ਆਪਾਂ ਆ ਗਏ ਹੋਏ ਸ਼ੋਪ ਦੇ ਜੀ। ਹਾਂਜੀ ਭਾਅ ਜੀ ਅੱਗੇ ਵਰਾਇਟੀ ਲਓ ਜੀ। ਵਾਓ ਸਟੈਚੇਬਲ ਭਾਅ ਜੀ, ਕਿਹੜਾ ਡਰਾਈਫਿਟ? ਡਰਾਈਵਿਟ ਲੋਅਰ ਆ ਗਈ ਜੀ। ਪ੍ਰਾਈਸ ਭਾਅ ਜੀ ਇਹਦਾ 300 ਰੁਪਏ ਹੈ, ਪਰ 200 ਰੁਪਏ ਲੱਗੇਗਾ ਵੀਡੀਓ ਸ਼ੇਅਰ ਕਰਕੇ। 300 ਰੁਪਏ ਵਾਲਾ 200 ਰੁਪਏ ਦੇ ਵਿੱਚ ਲੱਗੂਗਾ, ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਸਕਰੀਨਸ਼ੋਟ ਲੈ ਕੇ ਆਊਗਾ ਜੀ। ਲਓ ਜੀ ਭਾਅ ਜੀ ਸਾਰੇ ਲੋਅਰ ਹੀ ਲੱਗੇ ਹੋਏ ਨੇ ਜੀ। ਠੀਕ ਹੈ ਜੀ, ਇੱਕ ਮਿੰਟ ਯਾਦ ਦੇਖੋ ਜੀ, ਟੀ ਸ਼ਰਟਸ ਦੇਖੋ ਜੀ। ਟੀ ਸ਼ਰਟਸ ਵੇਖ ਕੇ ਤਾਂ ਰੂਹ ਖੁਸ਼ ਹੋ ਜਾਂਦੀ, ਰੰਗ ਵੇਖ ਕੇ ਜੀ। ਵਾਕਿਆ ਜੀ ਸ਼ੋਰੂਮ ਦਾ ਮਾਲ ਜਿਹੜਾ ਹੈਗਾ ਜੀ, ਬ੍ਰਾਂਡਡ ਮਾਲ ਤੁਹਾਨੂੰ ਇੱਥੋਂ ਮਿਲ ਜੂਗਾ ਜੀ। ਯਾਦ ਦੇਖੋ ਇੱਧਰ ਵੀ ਕੋਰ ਸੈੱਟ ਲੱਗੇ ਹੋਏ ਆ ਜੀ ਇੱਧਰ। ਅੰਦਰ ਆਪਾਂ ਚੱਲਦੇ ਹਾਂ ਜੀ, ਵਰਾਇਟੀ ਤੁਹਾਨੂੰ ਲਓ ਜੀ। ਹਾਂਜੀ ਭਾਅ ਜੀ ਇੱਕ ਵਾਰੀ ਪਹਿਲਾਂ ਝਾਤੀ ਮਰਾ ਦਈਏ ਜੀ ਇੱਧਰ। ਦੇਖੋ ਜੀ ਸਾਰੇ ਰੈਕ ਇੱਧਰ ਵਾਲੇ ਟੀ ਸ਼ਰਟਸ ਹੀ, ਟੀ ਸ਼ਰਟਸ ਮੁੰਡਿਆਂ ਵਾਸਤੇ ਤੁਹਾਨੂੰ ਮਿਲ ਜਾਣਗੀਆਂ ਜੀ ਸਾਰੇ ਰੈਕ। ਭਾਅ ਜੀ ਹਾਂਜੀ ਹੁਣ ਦਿਖਾਓ ਜੀ, ਲਓ ਜੀ ਭਾਅ ਜੀ ਪ੍ਰਾਈਜ਼ ਦੱਸੋ ਜੀ ਇਹਦਾ। 400 ਰੁਪਏ ਜੀ। ਹਾਂਜੀ ਤੁਹਾਡੀ ਵੀਡੀਓ ਦੇਖ ਕੇ ਆਇਆ ਉਹਦੇ 300। ਠੀਕ ਹੈ ਜੀ ਭਾਅ ਜੀ, ਥੋੜ੍ਹਾ ਉੱਚੀ ਬੋਲੋਗੇ? 400 ਰੁਪਇਆ ਰੇਟ ਹੈਗਾ ਜੀ ਬ੍ਰਾਂਡਡ ਟੀ ਸ਼ਰਟਸ। ਜਿਹੜਾ ਸਾਡੀ ਵੀਡੀਓ ਦੇਖ ਕੇ ਆਊਗਾ ਜੀ ਉਹਨੂੰ ਲੱਗੂਗਾ ਜੀ 300 ਰੁਪਇਆ ਜੀ, 300। ਭਾਅ ਜੀ ਸਟੈਚੇਬਲ ਹੈ ਵੀ? ਲਓ ਜੀ ਦੇਖੋ ਜੀ ਸਟੈਚੇਬਲ ਟੀ ਸ਼ਰਟਸ। ਕਲਰ ਆਪਸ਼ਨ ਦੇਖੋ ਜੀ, ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ ਜੀ, ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ। ਭਾਅ ਜੀ ਗੋਲ ਗਲੇ ਤੋਂ ਇਲਾਵਾ ਵੀ ਸ਼ੇਪ ਗਲਾ ਵੀ ਮਿਲ ਜਾਂਦਾ ਆਪਣੇ ਕੋਲ ਜੀ। ਓਕੇ ਕਲਰ ਆ ਗਈਆਂ ਜੀ। ਹਾਂਜੀ ਇਹਦਾ ਰੇਟ ਜੀ? 300 ਰੁਪਏ ਜੀ। ਹਾਂਜੀ ਸਕਰੀਨਸ਼ਾਟ ਲੈ ਕੇ ਆਇਆ ਉਹਦੇ 200 ਰੁਪਏ। ਓਕੇ ਜੀ, ਵੀਡੀਓ ਦੇਖ ਕੇ ਆਉਂਗੇ ਤਾਂ 200 ਰੁਪਇਆ ਜੀ। ਦੇਖੋ ਜੀ ਟੀ ਸ਼ਰਟਸ ਦਾ ਭੰਡਾਰ, ਲਓ ਜੀ ਜਿੰਨੀਆਂ ਮਰਜ਼ੀ ਲੈ ਜਾਓ ਸ਼ਾਂਟੀ ਕਰਕੇ ਜੀ, ਬੋਰੇ ਭਰ ਕੇ ਲੈ ਜਾਓ ਜੀ। ਭਾਅ ਜੀ ਆਹ ਵਾਲੀਆਂ ਉੱਪਰ ਹੋਰ ਵੀ ਹੈਗੀਆਂ ਮੈਂ ਦੇਖ ਰਿਹਾ, ਡਿਜ਼ਾਈਨ ਸਾਨੂੰ ਇੱਕ ਇੱਕ ਦਿਖਾਈ ਦਿਓ ਜੀ ਸਾਰੇ ਜੀ। ਲਓ ਜੀ ਆਹ ਦੇਖੋ ਜੀ, ਵਾਓ ਡਿਜ਼ਾਈਨ ਦੇਖੋ। ਬੈਕ ਸਾਈਡ ਤੋਂ ਭਾਅ ਜੀ ਇਹਦਾ ਬੈਕ ਪ੍ਰਿੰਟ ਲੈ ਜਾਓ, ਫਰੰਟ ਪ੍ਰਿੰਟ ਲੈ ਜਾਓ, ਦੋਨੋਂ ਸਾਈਡ 'ਤੇ ਲੈ ਜਾਓ ਜੀ। ਭਾਅ ਜੀ ਰੇਟ ਦੱਸ ਦਿਓ ਸਟਾਰਟਿੰਗ ਇਹਨਾਂ ਦਾ ਜੀ। 400 ਰੁਪਏ 'ਚ ਸਟਾਰਟਿੰਗ। ਸਾਈਜ਼ ਦੇਖੋ ਜੀ, ਵਾਓ ਡਿਜ਼ਾਈਨ ਦੇਖੋ ਜੀ, ਵਾਓ ਵਾਓ। ਜਿਹੋ ਜਿਹੇ ਮਰਜ਼ੀ ਸਾਈਜ਼ ਲੈ ਜਾਓ ਜੀ, 5XL ਮਿਲ ਜੂਗਾ ਜੀ, 4XL 5XL ਟੀ ਸ਼ਰਟਸ ਲੈ ਕੇ ਜਾ ਸਕਦੇ ਹੋ। ਸਟਾਰਟਿੰਗ ਰੇਂਜ 400 ਰੁਪਇਆ ਜੀ। ਅੱਛਾ ਜੀ 300 ਲੈ ਕੇ 400 ਤੱਕ। ਲਓ ਜੀ ਇੱਧਰ ਵਿੱਚੋਂ ਵਿੱਚੋਂ ਤੁਹਾਨੂੰ ਸਿਰਫ ਸੈਂਪਲ ਦਿਖਾ ਰਿਹਾ ਦੇਖੋ ਜੀ। ਹਾਂਜੀ ਲਓ ਜੀ ਟੀ ਸ਼ਰਟਸ ਇੱਧਰ ਆ ਗਈਆਂ ਭਾਅ ਜੀ। ਹੁਣ ਪੈਂਟਾਂ ਦਿਖਾ ਦਿਓ ਸਾਨੂੰ ਇੱਕ ਦਿਓ ਜੀ। ਲਓ ਜੀ ਪੈਂਟਾਂ ਦੇਖੋ ਜੀ, ਕੱਟੀ ਫੁੱਟੀ ਜੀਨ ਆ ਗਈ ਜੀ,
ਰੇਟ ਜੀ ਇਹਦਾ? ਹਾਂਜੀ ਰੇਟ ਹੈਗਾ ਜੀ 700 ਰੁਪਇਆ, ਜਿਹੜਾ ਵੀਡੀਓ ਦੇਖ ਕੇ ਆਊਗਾ ਉਹਦੇ ਲਈ ਤੁਹਾਨੂੰ ਲੱਗੂਗੀ ਜੀ 600 ਰੁਪਇਆ ਜੀ। ਇੱਕ ਤੁਹਾਨੂੰ ਖੋਲ੍ਹ ਕੇ ਦਿਖਾ ਰਿਹਾ, ਵਾਓ ਜੀਨਸ ਦੇਖੋ ਤੁਸੀਂ, ਬੈਕ ਸਾਈਡ ਦੇਖੋ ਜੀ, ਫਰੰਟ ਦੇਖੋ ਜੀ, 6 ਪੋਕਿਟ ਹੈਗੀ ਜੀ ਸਾਰੀ, ਹੈ ਨਾ। ਕਲਰ ਆਪਸ਼ਨ ਦੇਖੋ ਜੀ, ਕਲਰ ਤੁਹਾਨੂੰ ਮੈਂ ਦਿਖਾ ਦਾਂ ਜੀਨਸ ਦੀਆਂ ਪੈਂਟਾਂ ਦੇ ਵਿੱਚ, ਉਹ ਵੀ ਵਿੱਚ ਪਲੇਨ ਵੀ ਹੈਗੀ ਹੈ ਨਾ ਜੀ। ਰੇਟ ਸੇਮ ਹੀ ਹੈ ਭਾਅ ਜੀ ਇਹਨਾਂ ਦਾ? ਹਾਂਜੀ ਲਓ ਜੀ, ਜਿਹੜੀ ਮਰਜ਼ੀ ਲੈ ਜਾਓ ਜੀ, 700 ਰੁਪਇਆ ਰੇਟ ਹੈ। ਵੀਡੀਓ ਦੇਖ ਕੇ ਆਉਂਗੇ, ਸਕਰੀਨਸ਼ੋਟ ਲੈ ਕੇ ਆਉਂਗੇ ਤਾਂ ਤੁਹਾਨੂੰ ਲੱਗੂਗਾ ਜੀ 600 ਰੁਪਇਆ। ਇੱਧਰ ਕਲਰ ਵਾਲੀਆਂ ਟੀ ਸ਼ਰਟਸ ਦੀ ਵਰਾਇਟੀ ਤੁਸੀਂ ਦੇਖੋ ਜੀ, ਵਾਓ ਬਿਊਟੀਫੁਲ ਡਿਜ਼ਾਈਨ, ਬਿਊਟੀਫੁਲ ਆਰਟੀਕਲ ਜੀ। ਲਓ ਜੀ ਭਾਅ ਜੀ, ਪ੍ਰਾਈਜ਼ ਇਹਦਾ ਇੱਕ ਵਾਰੀ ਫਿਰ ਦੱਸ ਦਿਓ ਜੀ। ਹਾਂਜੀ 600 ਰੁਪਇਆ, ਵੀਡੀਓ ਦੇਖ ਕੇ ਆਓਗੇ ਤਾਂ 500 ਰੁਪਇਆ। ਭਾਅ ਜੀ ਪਿੱਛੇ ਹੋਰ ਵੀ ਵਰਾਇਟੀ ਆਪਣੇ ਕੋਲ ਹੈਗੀ ਹੈ ਜੀ, ਹੋਰ ਸ਼ਾਰਟਸ, ਇਹਨਾਂ ਦਾ ਰੇਟ ਭਾਅ ਜੀ? ਹਾਂਜੀ 400 ਵਾਲੀਆਂ ਸ਼ਰਟਸ ਤੁਹਾਨੂੰ ਮਿਲ ਜਾਣਗੀਆਂ ਜੀ, ਵੀਡੀਓ ਦੇਖ ਕੇ ਆਉਂਗੇ ਤਾਂ 300 ਰੁਪਏ ਦੇ ਵਿੱਚ। ਜੀਨਸ ਸ਼ਰਟਸ, ਹੋਰ ਵੀ ਬਿਊਟੀਫੁਲ ਜੀਨਸ, ਟੀ ਸ਼ਰਟਸ, ਜੀਨਸ ਜੋ ਮਰਜ਼ੀ ਭਾਅ ਜੀ ਹੁਣ ਕੋਲ ਲੈ ਜਾਓ। ਜੱਸੀ ਗਾਰਮੈਂਟਸ ਨੀਅਰ ਜੋਤੀ ਚੌਂਕ ਜਲੰਧਰ ਜੀ, ਰਿੰਕੂ ਗਾਰਮੈਂਟਸ ਜੋਤੀ ਚੌਂਕ ਜਲੰਧਰ ਆਪਾਂ ਪਹੁੰਚ ਚੁੱਕੇ ਹਾਂ ਜੀ। ਹੁਣ ਤੁਹਾਨੂੰ ਦਿਖਾਉਂਦੇ ਹਾਂ ਟੀ ਸ਼ਰਟਸ, ਸੇਲ ਲੱਗ ਚੁੱਕੀ ਹੈ ਟੀ ਸ਼ਰਟਸ ਦੀ ਭਾਅ ਜੀ। ਕੀ ਰੇਟ ਤੋਂ ਸ਼ੁਰੂ ਹੈ ਜੀ? 150 'ਚ ਪ੍ਰਿੰਟਡ ਟੀ ਸ਼ਰਟਸ ਆ ਗਈਆਂ ਜੀ, ਗੋਲ ਗਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਮੁੰਡਿਆਂ ਵਾਸਤੇ ਟੀ ਸ਼ਰਟਸ। ਹੋਰ ਵੀ ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਬਹੁਤ ਹੀ ਜ਼ਿਆਦਾ। ਦੇਖੋ ਜੀ 150 ਰੁਪਏ ਜੀ, ਜਿਹੜੀ ਮਰਜ਼ੀ ਚੱਕੋ ਜੀ, ਢੇਰ ਲੱਗਾ ਪਿਆ ਜੀ। 150 ਕਲਰ ਵਾਲੀ ਵੀ, 150 ਜੀ ਕਲਰ ਵਾਲੀ ਤੁਹਾਨੂੰ ਮਿਲੂਗੀ ਜੀ 150 ਰੁਪਏ ਦੇ। ਭਾਅ ਜੀ ਸਾਈਜ਼ ਕਿਹੜੇ ਕਿਹੜੇ ਮਿਲ ਜਾਣਗੇ ਜੀ? ਸਾਈਜ਼ ਸਾਰੇ ਐਲ ਐਕਸਲ ਡਬਲ ਐਕਸਲ, ਐਲ ਤੋਂ ਲੈ ਕੇ ਡਬਲ ਐਕਸਲ ਸਾਈਜ਼ ਤੁਹਾਨੂੰ ਮਿਲ ਜਾਊਗਾ। ਭਾਅ ਜੀ ਜੀਨ ਦੀ ਪਾ ਨਿੱਕਰ ਹੈ ਕੈਪਰੀ ਹੈ? ਨਿੱਕਰ ਨਿੱਕਰ। ਅੱਛਾ ਕੀ ਰੇਟ ਤੋਂ ਸ਼ੁਰੂ ਹੈ ਜੀ? 250 'ਚ ਜੀਨ ਦੀ ਨਿੱਕਰ। ਭਾਅ ਜੀ ਸੈਂਡੋ ਦਾ ਰੇਟ? ਸੈਂਡੋ 150। ਭਾਅ ਜੀ ਸੈਂਡੋ 150 ਰੁਪਏ ਦੇ ਵਿੱਚ, ਨਿੱਕਰ 250 ਰੁਪਏ ਦੇ ਵਿੱਚ, ਟੀ ਸ਼ਰਟਸ। ਭਾਅ ਜੀ ਆ ਪੈਂਟਾਂ ਉੱਪਰੋਂ ਪਿੱਛੇ ਵਾਲੀਆਂ ਜੀ, 650 ਤੋਂ ਸ਼ੁਰੂ ਹੋ ਰਹੀ ਹੈ। ਜੋਗਰ ਪੈਂਟਸ, ਜੋਗਰ ਵੀ ਸੇਮ ਹੀ ਹੈ ਜੀ? ਜੋਗਰ ਸੇਮ ਭਾਅ ਜੀ ਆਪਣੇ ਕੋਲ, ਪਜਾਮਿਆਂ ਦੀ ਕੁਆਲਿਟੀ 250 ਰੁਪਏ ਜੀ। ਜਿਹੜਾ ਮਰਜ਼ੀ ਜੀ, ਜਿਹੜਾ ਮਰਜ਼ੀ ਚੱਕੋ ਜੀ, 250 ਰੁਪਏ ਦੇ ਵਿੱਚ ਪਜਾਮੇ ਆ ਗਏ ਜੀ ਮੁੰਡਿਆਂ ਵਾਸਤੇ, 4 ਪੋਕਿਟ ਐਨ ਐਸ ਕੱਪੜੇ ਦੇ ਵਿੱਚ, ਡਿਫਰੈਂਟ ਡਿਜ਼ਾਈਨ ਡਿਫਰੈਂਟ ਸਟਾਈਲ। ਦੇਖੋ ਜੀ ਸੋਹਣੇ ਸੋਹਣੇ ਰੰਗਾਂ ਦੇ ਪਜਾਮੇ ਲੈ ਕੇ ਜਾ ਸਕਦੇ ਹੋ 250 ਰੁਪਏ ਦੇ ਵਿੱਚ। ਭਾਅ ਜੀ ਆਪਣੇ ਕੋਲ ਕੈਪਰੀਆਂ ਵੀ ਹੈਗੀਆਂ ਖੁੱਲੀਆਂ ਡੁੱਲੀਆਂ ਜੀ ਕੋਟਨ ਦੀਆਂ। ਰੇਟ ਜੀ ਇਹਨਾਂ ਦਾ ਜੀ? 200 ਰੁਪਏ ਦੇ ਵਿੱਚ ਮੁੰਡਿਆਂ ਵਾਸਤੇ ਕੈਪਰੀਆਂ, ਖੁੱਲੀਆਂ ਡੁੱਲੀਆਂ ਵਿਦ ਪੋਕਿਟ ਤੁਹਾਨੂੰ ਮਿਲ ਜਾਣਗੀਆਂ ਜੀ। ਟੀ ਸ਼ਰਟਸ ਮਿਲ ਜਾਣਗੀਆਂ ਉੱਪਰ ਵੀ, ਆ ਦੇਖੋ ਜੀ ਟੀ ਸ਼ਰਟਸ। ਭਾਅ ਜੀ ਸ਼ਰਟਸ ਦਾ ਰੇਟ ਕੀ ਹੈ ਜੀ? 350 'ਚ ਹਾਫ ਸਲੀਵ ਡਾਊਨ ਸ਼ੋਲਡਰ ਭਾਅ ਜੀ, ਡਾਊਨ ਸ਼ੋਲਡਰ ਸ਼ਰਟਸ 350 ਰੁਪਇਆ ਜੀ। ਇੱਧਰ ਹੋਰ ਵੀ ਵਰਾਇਟੀ ਪਈ ਹੋਈ ਜੀ, ਇੱਧਰ ਵੀ ਪਜਾਮੇ ਲੱਗੇ ਹੋਏ ਆ। ਭਾਅ ਜੀ ਬੱਚਿਆਂ ਦੇ ਕੱਪੜੇ ਵੀ ਹੈਗੇ ਆ ਜੀ ਆਪਣੇ ਕੋਲ? 100 ਰੁਪਇਆ ਪਰ ਪੀਸ ਜੀ? ਹਾਂਜੀ ਪਰ ਪੀਸ। ਲਓ ਜੀ ਦੇਖੋ ਜੀ 100 ਰੁਪਏ ਦੇ ਵਿੱਚ ਪਜਾਮੀ ਆ ਗਈ ਬੱਚਿਆਂ ਵਾਸਤੇ, ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ, ਜਿਹੜੀ ਮਰਜ਼ੀ ਲੈ ਜਾਓ ਜੀ 100 ਰੁਪਏ ਦੇ ਵਿੱਚ। ਆ ਵੱਡੇ ਪਜਾਮਿਆਂ ਦਾ ਰੇਟ ਜੀ? 100 ਰੁਪਏ। ਜਿਹੜਾ ਮਰਜ਼ੀ ਚੱਕੋ ਜੀ 100 ਰੁਪਏ ਦੇ ਵਿੱਚ ਨਿੱਕਰ। ਭਾਅ ਜੀ 100 ਰੁਪਏ ਜੀ, 100 ਰੁਪਏ ਦੇ ਵਿੱਚ ਨਿੱਕਰ। ਰਿੰਕੂ ਗਾਰਮੈਂਟਸ ਪਿੱਛੇ ਬੋਰਡ ਲੱਗਾ ਹੋਇਆ ਜੀ, ਡੇਲੀ ਸ਼ੋਪ ਓਪਨ ਹੁੰਦੀ ਹੈ ਜੀ, ਇੱਥੋਂ ਆਣ ਕੇ ਤੁਸੀਂ। ਭਾਈ ਜੀਨ ਆਹ ਵਾਲੀਆਂ ਜੀਨ, ਇਹਦਾ ਰੇਟ ਜੀ? 250 ਰੁਪਏ ਦੇ ਵਿੱਚ ਜੀਨ ਸਟਾਰਟ ਹੋ ਰਹੀ ਹੈ ਜੀ, ਡਿਫਰੈਂਟ ਕਲਰ ਡਿਫਰੈਂਟ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਜੀ। ਇਹਨਾਂ ਦਾ ਰੇਟ ਭਾਅ ਜੀ ਕੋਟਨ ਦੀਆਂ? 250 ਜਿਹੜੀ ਮਰਜ਼ੀ ਲੈ ਜਾਓ, ਜੀਨ ਲੈ ਜਾਓ ਚਾਹੇ ਲੈ ਜਾਓ, ਰੇਟ ਤੁਹਾਨੂੰ ਇੱਕ ਲੱਗੂਗਾ ਜੀ 250 ਰੁਪਇਆ। ਸੋ ਮੇਰੇ ਵੀਰ ਇੱਥੇ ਆਣ ਕੇ ਡੇਲੀ ਸ਼ੋਪਿੰਗ ਕਰ ਸਕਦੇ ਆ ਜੀ। ਟੀ ਸ਼ਰਟਾਂ ਆ ਗਈਆਂ ਜੀ ਹੋਰ ਮੁੰਡਿਆਂ ਵਾਸਤੇ, ਦੇਖੋ ਜੀ ਦੇਖੋ, ਪ੍ਰਿੰਟਡ ਟੀ ਸ਼ਰਟਸ ਕੋਟਨ ਦੇ ਕੱਪੜੇ ਦੇ ਵਿੱਚ ਟੀ ਸ਼ਰਟਾਂ, ਜਿਹੋ ਜੀ ਮਰਜ਼ੀ ਲੈ ਜਾਓ ਜੀ। ਇਹਨਾਂ ਦਾ ਰੇਟ ਤੁਹਾਨੂੰ ਲੱਗੂਗਾ ਜੀ 150 ਰੁਪਇਆ। ਹਰ ਰੋਜ਼ ਲੱਗਣ ਵਾਲੀ ਮਾਰਕੀਟ ਜੋਤੀ ਚੌਂਕ ਜਲੰਧਰ, ਡੇਲੀ ਤੁਸੀਂ ਆਣ ਕੇ ਇੱਥੇ ਸ਼ੋਪਿੰਗ ਕਰ ਸਕਦੇ ਹੋ। ਐਤਵਾਰ ਆਓ, ਸੋਮਵਾਰ ਆਓ, ਮੰਗਲਵਾਰ ਆਓ, ਜਦੋਂ ਮਰਜ਼ੀ ਆਓ ਜੀ, ਟੀ ਸ਼ਰਟਾਂ ਖਰੀਦ ਕੇ ਲੈ ਕੇ ਜਾ ਸਕਦੇ ਹੋ। ਦੇਖੋ ਜੀ ਸਾਰੀਆਂ 150 'ਚ ਲੱਗੀਆਂ ਹੋਈਆਂ। ਆਹ ਦੇਖੋ ਜੀ ਕਿੰਨੀਆਂ ਸੋਹਣੀਆਂ ਸੋਹਣੀਆਂ ਪ੍ਰਿੰਟਡ ਨਵੀਆਂ ਟੀ ਸ਼ਰਟਸ ਮੁੰਡਿਆਂ ਵਾਸਤੇ, ਰੇਟ ਤੁਹਾਨੂੰ ਲੱਗੂਗਾ ਜੀ 150 ਰੁਪਇਆ। 150 ਰੁਪਇਆ ਜੀ। ਇੱਧਰ ਆ ਗਿਆ ਜੀ ਪਜਾਮੇ। ਭਾਅ ਜੀ ਪਜਾਮਿਆਂ ਦਾ ਰੇਟ ਕੀ ਹੈ ਜੀ?
ਕਾਟਨ ਦੇ ਪਜਾਮੇ ਆ ਗਏ ਜੀ 150 ਰੁਪਏ ਦੇ ਵਿੱਚ, ਮੁੰਡਿਆਂ ਵਾਸਤੇ ਪਜਾਮੇ ਲੈ ਕੇ ਜਾ ਸਕਦੇ ਹੋ। ਐਨ ਐਸ ਵੀ 150, ਐਨ ਐਸ ਕੱਪੜਾ ਵੀ ਤੁਹਾਨੂੰ ਮਿਲ ਜੂਗਾ ਜੀ 150 ਰੁਪਏ ਦੇ ਵਿੱਚ। ਲਓ ਜੀ ਇੱਧਰ ਆ ਗਿਆ ਕਮੀਜ਼ਾਂ ਮੁੰਡਿਆਂ ਵਾਸਤੇ, ਚੈੱਕ ਦੇ ਵਿੱਚ, ਲਾਈਨਿੰਗ ਦੇ ਵਿੱਚ, ਜਿਹੋ ਜਿਹੇ ਮਰਜ਼ੀ ਲੈ ਜਾਓ, ਛੋਟੇ ਚੈੱਕ, ਪ੍ਰਿੰਟਡ, ਪਲੇਨ, ਡਬਲ ਪੋਕਿਟ, ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਜੀ 200 ਰੁਪਈਆ। ਲਓ ਜੀ 200 ਰੁਪਏ ਦੇ ਵਿੱਚ ਆਪਣੇ ਕਮੀਜ਼ਾਂ ਡਾਊਨ ਸ਼ੋਲਡਰ ਜੀ, ਲਓ ਜੀ ਡਾਊਨ ਸ਼ੋਲਡਰ, ਫਰੰਟ 'ਤੇ ਡਿਜ਼ਾਈਨ ਮਿਲੂਗਾ ਜੀ, ਜਿਹੜੀ ਮਰਜ਼ੀ ਚੱਕੋ ਜੀ। ਭਾਈ ਇਹ ਵੀ 200 ਜੀ, ਆਹ ਵੀ ਚੱਕੋ ਜੀ 200। ਹਰ ਰੋਜ਼ ਲੱਗਣ ਵਾਲੀ ਸੇਲ ਭਾਈ, ਰੇਟ ਸੇਮ ਇਹੀ ਰਹੂਗਾ ਡੇਲੀ। ਸੋ ਭਾਈ ਉਹਨਾਂ ਦੀ ਪਹਿਚਾਣ ਕਰ ਲਓ ਜੀ। ਭਾਈ ਲਾਗੇ ਲੋਕੇਸ਼ਨ ਕੀ ਆਪਣੇ ਜੀ? ਦਰਸ਼ਨ ਟਿੱਕੀਆਂ ਵਾਲੇ ਦੇ ਨਾਲ, ਨੀਅਰ ਕਾਲੀ ਮਾਤਾ ਮੰਦਰ ਜੀ, ਨੀਅਰ ਕਾਲੀ ਮਾਤਾ ਮੰਦਰ। ਸੈਂਡੋ ਮਿਲ ਜਾਊਗੀ ਭਾਈ 150 ਜੀ, ਸੈਂਡੋ 150। ਨਿੱਕਰ, ਨਿੱਕਰ ਵੀ 150 ਰੁਪਏ ਦੇ ਵਿੱਚ। ਭਾਈ ਬਿਜਲੀ ਆ ਨਾਲ, ਡਰ ਨਹੀਂ ਲੱਗਦਾ ਤੁਹਾਨੂੰ ਇੱਥੋਂ ਲਾਗੇ? ਕਿੰਨਾ ਰਿਸਕੀ ਕੰਮ ਹੈ, ਹੈਂ? ਬਹੁਤ ਰਿਸਕੀ ਕੰਮ ਹੈ ਇਹਦਾ ਨਾ ਜੀ। ਆਹ ਦੇਖੋ ਜੀ ਕਿੰਨਾ ਰਿਸਕੀ ਹੈਗਾ ਜੀ ਇੱਧਰ, ਪਰ ਥੋੜ੍ਹਾ ਧਿਆਨ ਨਾਲ ਭਾਜੀ, ਮੀਂਹ ਮੂੰਹ 'ਤੇ ਦੇਣਾ ਹੋਣਾ ਨਾ ਜੀ। ਹਾਂ ਚਲੋ ਥੋੜ੍ਹਾ ਧਿਆਨ ਰੱਖਿਆ ਕਰੋ। ਸੋ ਭਾਜੀ ਉਹਨਾਂ ਕੋਲੋਂ ਮਸਟ ਵਿਜ਼ਿਟ ਕਰੋ ਜੀ, ਡੇਲੀ ਓਪਨ ਹੁੰਦੇ ਆ ਜੀ। ਟੀ ਸ਼ਰਟਸ, ਪਜਾਮੇ, ਸ਼ਰਟਸ ਲੈ ਕੇ ਜਾ ਸਕਦੇ ਹੋ ਜੀ। ਇੱਧਰ ਹੋਰ ਵੀ ਪਜਾਮੇ ਲੱਗੇ ਹੋਏ ਜੀ ਸੇਲ। ਰੇਟ ਕੀ ਹੈ ਜੀ ਇਹਨਾਂ ਦਾ? 150 ਰੁਪਏ ਦੇ ਵਿੱਚ ਪਜਾਮੇ। ਇੱਧਰ ਵੀ ਸੇਲ ਲੱਗੀ ਹੋਈ ਹੈ ਜੀ 150 'ਚ, ਇੱਧਰ ਵੀ ਪਜਾਮੇ ਲੈ ਕੇ ਜਾ ਸਕਦੇ ਹੋ ਜੀ। ਪਲੇਨ ਟੀ ਸ਼ਰਟਸ ਲੱਗੀਆਂ ਹੋਈਆਂ ਜੀ। ਇੱਧਰ ਹੋਰ ਵੀ ਟੀ ਸ਼ਰਟਸ ਮੁੰਡਿਆਂ ਵਾਸਤੇ ਆ ਜਾਓ ਜੀ, ਡੇਲੀ ਆ ਜਾਓ ਜੀ ਇੱਥੇ, ਰੋਜ਼ ਹੀ ਆਓ, ਰੋਜ਼ ਹੀ ਜਦੋਂ ਮਰਜ਼ੀ ਆਓ ਜੀ, ਸੰਡੇ ਮੰਡੇ ਟਿਊਜ਼ਡੇ, ਜਿੱਦਾਂ ਮੈਂ ਵਾਰ ਵਾਰ ਦੱਸ ਰਿਹਾ ਤਾਂ ਜੋ ਤੁਹਾਨੂੰ ਭੁਲੇਖ ਨਾ ਰਹੇ ਜੀ। ਇੱਧਰ ਹੋਰ ਵੀ ਟੀ ਸ਼ਰਟਸ ਲੱਗੀਆਂ ਹੋਈਆਂ ਜੀ, ਕਾਫੀ ਕੁਛ ਵਰਾਇਟੀ ਤੁਹਾਨੂੰ ਇੱਥੋਂ ਮਿਲ ਜੂਗੀ ਜੀ। ਆਹ ਦੇਖੋ ਜੀ ਬਾਹਰ ਸਟਾਲ ਲੱਗੇ ਹੁੰਦੇ ਆ ਜੀ। ਇੱਧਰ ਕੀ ਰੇਟ ਰੱਖਿਆ ਜੀ? 150। ਇੱਧਰ ਵੀ 150 ਜੀ। ਲਓ ਜੀ 150। ਰੇਟ ਸਸਤੇ ਹੋ ਗਏ ਨਾ, ਪਹਿਲਾਂ 200 'ਚ ਮਿਲਦੀਆਂ ਸੀਗੀਆਂ। ਇੱਧਰ ਵੀ 150 'ਚ ਟੀ ਸ਼ਰਟਸ ਮੁੰਡਿਆਂ ਵਾਸਤੇ। ਦੇਖੋ ਜੀ ਕਲਰ ਆਪਸ਼ਨਸ, ਕਲਰ ਦੇਖੋ ਜੀ, ਕਲਰ ਤੁਹਾਨੂੰ ਮਿਲ ਜਾਣਗੇ ਸੋਹਣੇ ਸੋਹਣੇ, ਸਾਰੇ ਗੋਲ ਗਲਾ ਹੀ ਹੈ ਜੀ, ਸਾਰਾ ਗੋਲ ਗਲਾ ਤੁਹਾਨੂੰ ਮਿਲ ਜੂਗਾ ਜੀ। ਟੀ ਸ਼ਰਟਸ ਆ ਦੇਖੋ ਜੀ, ਇੱਧਰ ਡਿਸਪਲੇ ਲੱਗੀਆਂ ਹੋਈਆਂ ਮੁੰਡਿਆਂ ਵਾਸਤੇ। ਪਜਾਮੇ 150, 150 'ਚ ਪਜਾਮੇ, ਕਾਟਨ ਵਾਲਾ ਵੀ 150, ਐਨ ਐਸ ਕੱਪੜਾ ਵੀ 150, ਕਾਟਨ ਵਾਲਾ ਵੀ 150, ਪਜਾਮੇ 150 ਰੁਪਏ ਦੇ ਵਿੱਚ ਮੁੰਡਿਆਂ ਵਾਸਤੇ ਪਜਾਮੇ ਆ ਗਏ ਜੀ। ਇੱਧਰ ਹੋਰ ਵੀ ਟੀ ਸ਼ਰਟਸ, ਇੱਧਰ ਕੈਪਰੀਆਂ, ਰੇਟ ਇਹਦਾ ਲਓ ਜੀ, ਕੈਪਰੀਆਂ ਵੀ ਲੈ ਜਾਓ 150 ਰੁਪਏ ਦੇ ਵਿੱਚ, ਪਜਾਮੇ ਵੀ ਲੈ ਜਾਓ 150 ਰੁਪਏ ਦੇ ਵਿੱਚ। ਇੱਧਰ ਹੋਰ ਵੀ ਟੀ ਸ਼ਰਟਸ, ਪਜਾਮੇ ਆ ਗਏ ਜੀ। ਡਰਾਈ ਫਿੱਟ ਕੱਪੜਾ ਜੀ, ਰੇਟ ਇਹਦਾ ਜੀ 150, 150 ਰੁਪਏ ਦੇ ਵਿੱਚ ਡਰਾਈ ਫਿੱਟ ਕੱਪੜੇ ਦੇ ਵਿੱਚ ਪਜਾਮੇ। ਬਹੁਤ ਜ਼ਿਆਦਾ ਵਰਾਇਟੀ ਤੁਹਾਨੂੰ ਇੱਥੋਂ ਮਿਲ ਜੂਗੀ ਜੀ, 150 ਰੁਪਏ ਦੇ ਵਿੱਚ ਪਜਾਮੇ, ਟੀ ਸ਼ਰਟਸ, ਬਹੁਤ ਜ਼ਿਆਦਾ ਵਰਾਇਟੀ ਗਰਮੀਆਂ ਦੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ। ਸ਼ਰਟਸ 150-200 ਜੀ, 200 'ਚ ਸ਼ਰਟਸ ਤੁਹਾਨੂੰ ਮਿਲ ਜਾਣਗੀਆਂ ਜੀ। ਆਹ ਦੇਖੋ ਜੀ, ਤੁਹਾਨੂੰ ਮੈਂ ਲੋਕੇਸ਼ਨ ਦਿਖਾ ਦੇਵਾਂ ਦੋਸਤੋ, ਭਗਵਾਨ ਬਾਲਮੀਕ ਚੌਂਕ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ, ਭਗਵਾਨ ਬਾਲਮੀਕ ਚੌਂਕ। ਇਹਨੂੰ ਜੋਤੀ ਚੌਂਕ ਵੀ ਬੋਲਦੇ ਨੇ, ਭਗਵਾਨ ਬਾਲਮੀਕ ਚੌਂਕ ਵੀ ਬੋਲਦੇ ਆ ਜੀ। ਬਿਲਕੁਲ ਇਹਦੇ ਓਪੋਜ਼ਿਟ ਸ਼ੋਪਸ ਲੱਗਦੀਆਂ, ਜਾਂ ਤੁਸੀਂ ਦੇਖ ਸਕਦੇ ਹੋ ਜੀ ਸਾਈਂ ਰੈਡੀਮੇਡ ਗਾਰਮੈਂਟਸ, ਅਨਮੋਲ ਰੈਡੀਮੇਡ ਗਾਰਮੈਂਟਸ। ਉੱਧਰ ਹੈਗੇ ਚੱਡਾ ਕਲੈਕਸ਼ਨ, ਬਾਹਰ ਸੇਲ ਲੱਗਦੀ ਹੈ ਜੀ ਡੇਲੀ, ਤੁਸੀਂ ਇੱਥੋਂ ਆਣ ਕੇ ਸ਼ੋਪਿੰਗ ਕਰ ਸਕਦੇ ਹੋ ਜੀ। ਇੱਧਰ ਹੋਰ ਵੀ ਟੀ ਸ਼ਰਟਸ ਲੱਗੀਆਂ ਹੋਈਆਂ ਜੀ। ਇੱਧਰ ਆ ਦੇਖੋ ਜੀ, ਕੁੜੀਆਂ ਵਾਸਤੇ ਆ ਗਈਆਂ ਜੀ 100 ਰੁਪਏ ਦੇ ਵਿੱਚ ਕੁੜੀਆਂ ਵਾਸਤੇ ਟੀ ਸ਼ਰਟਸ, ਕਾਟਨ ਦੀਆਂ, ਨਾਈਟ ਡਰੈਸ 100 ਰੁਪਇਆ। ਪਜਾਮਾ ਵੀ 100 ਰੁਪਇਆ ਜੀ, ਪਜਾਮਾ ਵੀ ਤੁਹਾਨੂੰ ਮਿਲ ਜੂਗਾ ਜੀ ਕੁੜੀਆਂ ਵਾਸਤੇ। ਪਜਾਮੇ 100 ਰੁਪਇਆ। ਕਾਟਨ ਦੇ ਕੱਪੜੇ ਦੇ ਵਿੱਚ ਲੈ ਜਾਓ ਜੀ, ਰਿੰਕਲ ਵਾਲੇ ਲੈ ਜਾਓ ਜੀ, ਡਿਫਰੈਂਟ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ 100 ਰੁਪਏ ਦੇ ਵਿੱਚ। 250 ਰੁਪਈਆ ਜੀ, ਇਹ ਟੀ ਸ਼ਰਟਸ ਕੁੜੀਆਂ ਵਾਸਤੇ ਆ, ਕੁੜੀਆਂ ਵਾਸਤੇ ਗਰਲਿਸ਼ ਟੀ ਸ਼ਰਟਸ ਤੁਸੀਂ ਦੇਖ ਸਕਦੇ ਹੋ ਜੀ, ਬਹੁਤ ਹੀ ਸੋਹਣੀ ਸੋਹਣੀ ਡਿਜ਼ਾਈਨ। ਲੌਂਗ ਡਰੈਸ ਵੀ ਤੁਹਾਨੂੰ ਮਿਲ ਜੂਗੀ ਜੀ 250 ਰੁਪਈਆ ਜੀ, ਲੌਂਗ ਡਰੈਸ ਸਿੰਗਲ, ਰੇਟ ਤੁਹਾਨੂੰ ਇਹਦਾ ਲੱਗੂਗਾ ਜੀ 250 ਰੁਪਈਆ। ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ। ਕੁੜਤਾ ਲੈ ਜਾਓ ਜੀ 250 ਰੁਪਏ ਦੇ ਵਿੱਚ, ਡਿਫਰੈਂਟ ਵਰਾਇਟੀ ਤੁਹਾਨੂੰ ਮਿਲਣ ਵਾਲੀ ਹੈ ਜੀ। ਆਹ ਦੇਖੋ ਜੀ, ਆਹ ਵੀ 250 ਜੀ, ਜੈਗਿੰਗ। ਲਓ ਜੀ ਜੈਗਿੰਗ ਵੀ ਮਿਲ ਜੂਗੀ ਤੁਹਾਨੂੰ ਕੁੜੀਆਂ ਵਾਸਤੇ 250 ਰੁਪਏ ਦੇ ਵਿੱਚ, ਰੇਟ ਤੁਹਾਨੂੰ ਦੱਸ ਦਿੱਤੇ 250 ਰੁਪਈਆ। ਮਿਕਸ ਵਰਾਇਟੀ ਮਿਲਣ ਵਾਲੀ ਹੈ ਜੀ 250।
ਇੱਧਰ ਹੋਰ ਵੀ ਬੱਚਿਆਂ ਦੇ ਕੱਪੜੇ ਆ ਗਏ ਜੀ 100 ਰੁਪਏ ਪਰ ਪੀਸ 100 ਰੁਪਏ ਦੇ ਵਿੱਚ ਨਿੱਕਰ ਤੁਹਾਨੂੰ ਮਿਲ ਜੂਗੀ ਜੀ ਜਿਹੜੀ ਮਰਜ਼ੀ ਲੈ ਜਾਓ ਸਾਈਜ਼ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ ਜੀ ਛੋਟੀ ਵੀ 100 ਰੁਪਏ ਚੱਕ ਜੀ ਆਹ ਦੇਖੋ ਜੀ 100 ਰੁਪਏ ਦੇ ਵਿੱਚ ਨਿੱਕਰਾਂ ਭਾਈ ਦੁਪੱਟਾ ਤੁਹਾਨੂੰ ਮਿਲ ਜੂਗਾ ਜੀ ਕੋਟਨ ਦਾ 50 ਰੁਪਏ ਦੇ ਵਿੱਚ ਦੁਪੱਟੇ 50 ਰੁਪਏ ਦਾ ਇੱਕ ਦੁਪੱਟਾ ਤੁਹਾਨੂੰ ਮਿਲ ਜੂਗਾ ਜੀ ਭਾਅ ਜੀ 100 ਰੁਪਏ ਜੇ ਵੀ ਛੋਟਾ ਸਾਈਜ਼ ਲੈ ਜਾਓ ਚਾਹੇ ਜੀਨ ਦੇ ਕੱਪੜੇ ਦੇ ਵਿੱਚ ਲੈ ਜਾਓ ਨਿੱਕਰ ਮੁੰਡੇ ਬੱਚਿਆਂ ਵਾਸਤੇ 100 ਰੁਪਇਆ ਪਜਾਮੀ ਵੀ ਲੈ ਜਾਓ ਜੀ 100 ਰੁਪਏ ਦੇ ਵਿੱਚ ਟੀ ਸ਼ਰਟਸ ਲੱਗੀਆਂ ਹੋਈਆਂ ਇੱਧਰ ਹੋਰ ਵੀ ਛੋਟੀਆਂ ਆਹ ਵੀ ਵਰਾਇਟੀ ਤੁਹਾਨੂੰ ਮਿਲ ਜੂਗੀ 100 ਰੁਪਇਆ ਜੀ ਸਾਈ ਰੈਡੀਮੇਡ ਗਾਰਮੈਂਟਸ ਨੀਅਰ ਜੋਤੀ ਚੌਂਕ ਅੰਦਰ ਵੀ ਬਹੁਤ ਜ਼ਿਆਦਾ ਵਰਾਇਟੀ ਹੁੰਦੀ ਹੈ ਜੀ ਭਾਅ ਜੀ ਨਿੱਕਰਾਂ ਬੋਇਸ ਵਾਸਤੇ ਗਰਲਿਸ਼ ਵਾਸਤੇ ਰੇਟ ਭਾਅ ਜੀ ਇਹਦਾ ਜੀ 150 ਦੇ ਵਿੱਚ ਗਰਲਿਸ਼ ਕੈਪਰੀ ਨਿੱਕਰ ਤੁਸੀਂ ਲੈ ਕੇ ਜਾ ਸਕਦੇ ਰੰਗ ਤੁਹਾਨੂੰ ਮਿਲ ਜਾਣਗੇ ਵੱਖਰੇ ਵੱਖਰੇ ਜੀ ਭਾਅ ਜੀ ਜੀਨ ਦੀਆਂ ਪੈਂਟਾਂ ਕਿੱਥੋਂ ਸ਼ੁਰੂ ਹੋ ਰਹੀਆਂ ਜੀ ਆਪਣੇ ਕੋਲ ਜੀ ਜੀਨ ਸਟਾਰਟਿੰਗ ਹੋ ਰਹੀ ਹੈ 450 ਰੁਪਇਆ ਭਾਅ ਜੀ ਆਪਣੇ ਕੋਲ ਕੁੜਤੀ ਪਲਾਜ਼ੋ ਵੀ ਹੈਗੇ ਆ ਜੀ ਸਿੰਗਲ ਕੁੜਤੀ ਸਿੰਗਲ ਸੂਟ ਹੈ ਨਾ ਜੀ ਫਰਾਕ ਮਿੱਡੀਆਂ ਰੇਟ ਹੈ 350 ਜੀ ਦੇਖੋ ਦੋਸਤੋ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾ ਦੇਵਾਂ ਦੇਖੋ ਜੀ ਇਕੱਲੇ ਸਿੰਗਲ ਸਿੰਗਲ ਕੁੜਤੇ ਮਿੱਡੀਆਂ ਸਿੰਗਲ ਕੁੜਤਾ ਤੁਸੀਂ ਲੈ ਕੇ ਜਾ ਸਕਦੇ ਹੋ ਡਿਫਰੈਂਟ ਕਲਰ ਦੇ ਵਿੱਚ ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਜੀ 350 ਰੁਪਇਆ ਇੱਧਰ ਹੋਰ ਵੀ ਸਿੰਗਲ ਕੁੜਤੇ ਲੱਗੇ ਹੋਏ ਜੀ ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਜੀ 350 ਰੁਪਇਆ ਕਾਫੀ ਵਰਾਇਟੀ ਹੈਗੀ ਹੈ ਸਾਈਂ ਰੈਡੀਮੇਡ ਗਾਰਮੈਂਟਸ ਨੀਅਰ ਜੋਤੀ ਚੌਂਕ ਭਗਵਾਨ ਵਾਲਮੀਕ ਚੌਂਕ ਭਾਅ ਜੀ ਆਹ ਪਜਾਮਿਆਂ ਦਾ ਰੇਟ ਜੀ ਇਹਦਾ ਲੇਡੀਜ਼ 150 ਰੁਪਏ ਦੇ ਵਿੱਚ ਪਜਾਮੇ ਟੀ ਸ਼ਰਟ ਵੀ 150 'ਚ ਲੌਂਗ ਸਾਈਜ਼ ਪੋਕਿਟ ਵਾਲੀਆਂ ਟੀ ਸ਼ਰਟਸ ਕੁੜੀਆਂ ਵਾਸਤੇ ਰੇਟ ਤੁਹਾਨੂੰ ਇਹਨਾਂ ਦਾ ਇੱਕ ਲੱਗੂਗਾ ਜੀ 150 ਰੁਪਇਆ ਜੀ ਲਓ ਜੀ ਇੱਧਰ ਭਾਅ ਜੀ ਇਹ ਪੂਰੇ ਸੈੱਟ ਆ ਗਏ ਜੀ ਇੱਧਰ ਇਹਨਾਂ ਦਾ ਟੌਪ ਨਾਲ ਪਜਾਮਾ ਰੇਟ ਜੀ 250 ਰੁਪਏ ਦੇ ਵਿੱਚ ਪੂਰਾ ਟੌਪ ਨਾਲ ਪਜਾਮਾ ਤੁਹਾਨੂੰ ਮਿਲ ਜੂਗਾ ਕਲਰ ਤੁਹਾਨੂੰ ਮਿਲ ਜਾਣਗੇ ਕੁੜੀਆਂ ਵਾਸਤੇ ਨਾ ਜੀ ਕਲਰ ਤੁਹਾਨੂੰ ਮਿਲ ਜਾਣਗੇ ਅਲੱਗ ਅਲੱਗ ਰੇਟ ਤੁਹਾਨੂੰ ਇਹਨਾਂ ਦਾ ਲੱਗੂਗਾ ਜੀ 250 ਰੁਪਇਆ ਇੱਧਰ ਵੀ ਸੇਲ ਲੱਗੀ ਹੋਈ ਜੀ 250 ਰੁਪਏ ਦੇ ਵਿੱਚ ਤੁਸੀਂ ਇੱਥੇ ਆਣ ਕੇ ਕਾਫੀ ਵਰਾਇਟੀ ਆਣ ਕੇ ਸ਼ੋਪਿੰਗ ਕਰ ਸਕਦੇ ਹੋ ਜੀ ਜਿੱਧਰ ਝਾਤੀ ਮਾਰੀ ਹੈ ਜੀ ਉੱਧਰ ਹੀ ਨਵੀਂ ਵਰਾਇਟੀ ਸਾਨੂੰ ਮਿਲਦੀ ਹੈ ਜੀ ਇੱਧਰ ਦੇਖੋ ਜੀ ਹੋਰ ਵੀ ਪਜਾਮੀਆਂ ਤੁਹਾਨੂੰ ਮਿਲ ਜਾਣਗੀਆਂ ਜੀ ਅਲੱਗ ਅਲੱਗ ਵਰਾਇਟੀ ਅਲੱਗ ਅਲੱਗ ਰੇਟ ਰਹਿਣ ਵਾਲੇ ਜੀ ਦੋਸਤੋ ਇਹ ਸੀਗਾ ਸਾਡਾ ਅੱਜ ਦੀ ਜੋਤੀ ਚੌਂਕ ਮਾਰਕੀਟ ਦਾ ਵਲੌਗ ਜਿਹੜੀ ਕਿ ਹਰ ਰੋਜ਼ ਲੱਗਦੀ ਹੈ ਜੀ ਤੁਸੀਂ ਇੱਥੋਂ ਆਣ ਕੇ ਡੇਲੀ ਸ਼ੋਪਿੰਗ ਕਰ ਸਕਦੇ ਹੋ ਜੀ ਸਾਰੀ ਵਰਾਇਟੀ ਸਾਰੀ ਮਾਰਕੀਟ ਘੁੰਮ ਕੇ ਤੁਹਾਨੂੰ ਮੈਂ ਦੱਸ ਦਿੰਦਾ ਜੀ ਆਪਣੇ ਪਿੱਛੇ ਰੇਟ ਵੀ ਤੁਹਾਨੂੰ ਦੱਸ ਚੁੱਕੇ ਹਾਂ ਜੀ ਗਰਮੀਆਂ ਦੀ ਵਰਾਇਟੀ ਰੇਟ ਇੱਥੇ ਘੱਟ ਹੋ ਗਿਆ ਜੀ ਇੱਥੋਂ ਆਣ ਕੇ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਸੋ ਦੋਸਤੋ ਇੱਥੇ ਆਪਾਂ ਵੀਡੀਓ ਦਾ ਐਂਡ ਕਰਨ ਜਾ ਰਹੇ ਲਾਸਟ ਦੇ ਵਿੱਚ ਤੁਹਾਨੂੰ ਮੈਂ ਦੱਸ ਦੇਵਾਂ ਜੇ ਤੁਸੀਂ ਆਪਣੇ ਬਿਜ਼ਨਸ ਦੀ ਵੀਡੀਓ ਬਣਵਾਉਣਾ ਚਾਹੁੰਦੇ ਹੋ ਜੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਬਿਜ਼ਨਸ ਹੈ ਕੱਪੜਿਆਂ ਦਾ ਬਾਈਕ ਸੇਲ ਦਾ ਕਾਰ ਸੇਲ ਦਾ ਭਾਂਡਿਆਂ ਦਾ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਹੈਗਾ ਜੀ ਤੁਸੀਂ ਸਾਨੂੰ ਕਾਲ ਕਰਕੇ ਵੀਡੀਓ ਬਣਵਾ ਸਕਦੇ ਜੀ ਨੰਬਰ ਸਾਡੇ ਇੱਧਰ ਉੱਪਰ ਚੱਲ ਰਿਹਾ ਜੀ ਤੁਸੀਂ ਸਾਨੂੰ ਕਾਲ ਕਰੋ ਆਪਾਂ ਤੁਹਾਡੀ ਵੀਡੀਓ ਬਣਾਉਣ ਵਾਸਤੇ ਜ਼ਰੂਰ ਪਹੁੰਚਾਂਗੇ ਜੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਦੋਸਤੋ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੇ ਆਉਣ ਵਾਲੇ ਵਲੌਗ ਸਭ ਤੋਂ ਪਹਿਲਾਂ ਮਿਲ ਜਾਣ ਫਿਰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਨਵੀਂ ਮਾਰਕੀਟ ਦੇ ਨਾਲ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।